जी बिस्मिल्लाहिर्रहमानिर्रहीम। मित्रा जी मेजबानी खातर लहू दिले का छानीदा कट कले जा कीर्तन बहरे सो भी लायक नाही तेरे होर तफीक नहीं कुछ मेरे पियो कटोरा पानी दा तू ही ताना तू ही बीना तू ही तान मताणी दा मित्रा जी मेजबानी खातर लहू दिले का छानीदा पंजाब इंस्टीट्यूट ऑफ लैंग्वेज आर्ट एंड कल्चर ते एफ एम 95 पंजाब रंग अज इस प्रोग्राम तुम जी आए आख दिन अज इस प्रोग्राम साढ़े मुल्क के फिल्म इंडस्ट्री के बड़े महान हदायतकार जो फिल्म के हदायतकार ने और बहुत ही खूबसूरत इंसान ने बहुत खुश लिबास और खुश मिजाज इंसान ने अज असी दूने जे हो गए उन्होंने आने नाल और उन्होंने नाम ही फिल्म के बहुत उच्च पद्धर से आ मेरी मुराद अल्ताफ हुसैन उन्होंने तो है। अल्ताफ साहब जी आए नो जी जी आए बड़ी मेहरबानी जी बड़ा खुशी हुई मैं अपना अज असी इंशाला जी गपशप लाने पाकिस्तान फिल्म इंडस्ट्री के मारूफ जड़े एक अदाकार फिल्म स्टार नन्ना होरां दे बारे च साडे लई बड़े माण दी गल है कि अल्ताफ साहब तशरीफ लाए ने और अल्ताफ साहब दी हस्ती साडे कोल नहीं माशाल्लाह माशाल्लाह क्या बात है। एफएम 95 पंजाब रंग चुके पंजाबी दी खिदमत करदा है और तुसीं पंजाबी जुबान च बहुत सारी फिल्मां बनाई है जी जी बहुत बढ़िया शोरा आफाक फिल्मां ने तां बस अल्लाह दी बनवाती ने बड़े दयार दी करमवाजी है और खान भाई मैं समझना कि मेरे वर्गा बंदा नदन रह गया बंदा है और ये रब ने मेरी लिखिया जब रहमत पढ़ते पाए इज्जत सारी होंगे जी बंद ना कामयाब कर दी है। अज का प्रोग्राम का तारुफ बनाता चाहवा कि अज का बेसिकली प्रोग्राम पाकिस्तान फिल्म इंडस्ट्री के बड़े मारूफ अदाकार जो ने जिन्होंने असी नन्ने के नाम तो याद रखते हैं वैसे उन्होंने नाम रफी खावल है लेकिन असी उन्होंने फिल्म स्टार नन्ने के नाम तो जानने ड्रामा और फिल्म उन्होंने नाम बड़ा ही पॉपुलर बड़ा मशहूर और जिंदगी के आखिरी साह तक उन्होंने फिल्म नू अपना टाइम दिता और फिल्म की थी फिल्म बनाई और सब तो काफी ज्यादा और सब तो ज्यादा फिल्म मेरे ना पहला की थी और दूसरी गल है कि मेरा तो ये इंशाल्लाह के मेरा मेंबर थी मेरी फिल्म ओदे बगैर मुकम्मल नहीं थी। अच्छा तकरीबन जो जिस हमने असी नाल तकरीबन उसे मिले या मेरे पहले तीरानी मेहंदी चूड़िया कुदरत निकाह जिन्या फिल्म ਉਹਦਾ ਨਿਕਾਹ ਚ ਉਹ ਦਿਖ ਰਿਹਾ ਸੀ ਅਜੇ ਮੈਂ ਨੰਨੇ ਨੂੰ ਨੂੰ ਕਹਿੰਦਾ ਸਾ ਅੱਛਾ ਕਦੀ ਮੈਂ ਨਿਕਾਹ ਅਲਫ ਨੂੰ ਦਾ ਅਲਫ ਨੂੰ ਤਾਂ ਜਿਹੜੀ ਜਿਹੜਾ ਚੱਲਿਆ ਆ ਰਿਹਾ ਸੀ ਤੇ ਉਸ ਵਜ੍ਹਾ ਨਾਲ ਮੈਂ ਹੁਣ ਹਮੇਸ਼ਾ ਨੂੰ ਕਿਹਾ ਕਿਉਂਕਿ ਮੇਰੀ ਫੈਮਿਲੀ ਤੋਂ ਬਾਅਦ ਆਉਣਾ ਜਾਣਾ ਸਾਰੇ ਸੀ ਔਰ ਫਿਰ ਮੇਰਾ ਉਹਨਾਂ ਬੜਾ ਡਾਂਟ ਵੀ ਲੱਗਾ ਸਾ ਅੱਛਾ ਹਾਂ ਇੰਨਾ ਹੀ ਹੋਇਆ ਅੱਛਾ ਉਹਨਾਂ ਜਿਵੇਂ ਉਹ ਇੱਕ ਮਜ਼ਾਕ ਕ੍ਰੀਏਟ ਕਰਦੇ ਸਨ ਆਪਣੀ ਗੁਫ਼ਤਗੂ ਦੇ ਨਾਲ ਆਪਣੀ ਗੱਲ ਦੇ ਨਾਲ ਰੀਅਲ ਲਾਈਫ 'ਚ ਵੀ ਇੰਡੀ ਜਾਨ ਬੋਲਦੇ ਸਰ ਮੈਂ ਤੁਹਾਨੂੰ ਦੱਸਾਂ ਕਿ ਗੱਲ ਕੀ ਹੈ ਕਿ ਜੀ ਉਹ ਬੰਦਾ ਜੇ ਸੀ ਨਾ ਉਹ ਜੀ ਬਾਈ ਬਸਤ ਗੋਡ ਹੀ ਟ੍ਰਿਟਰ ਇਨ ਸੀ ਜੀ ਔਰ ਜਿੰਨੀਆਂ ਖੂਬੀਆਂ ਉਹ 'ਚ ਹੈ ਸਨ ਜੀ ਮੈਂ ਤਾਂ ਜਿਹੜੇ ਕਹਿੰਦੇ ਪਦਾਇਸ਼ੀ ਪਦਾਇਸ਼ੀ ਇਸ ਉਹ ਸਾਡੀ ਪੰਜਾਬੀ ਜਗ੍ਹਾ 16 ਜੰਮੇ ਮੂੰਹ ਤੇ ਕਿਆਮ ਨੇ 16 ਦੇ ਮੂੰਹ ਤੇ ਹਾਂ ਬਸ ਇਹ ਉਹ ਸਭ ਹੀ ਅੱਛਾ ਆਪ ਸੀਰੀਅਸ ਹੋ ਗੱਲ ਇਹ ਹੋ ਜੀ ਕਰ ਜਾਂਦੀ ਕਿ ਲੋਕਾਂ ਨੇ ਆਸਾ ਸੀ ਲੋਕ ਮੂੰਹ ਲੈ ਰਾਣੀ ਮੈਂ ਬੜਾ ਵੱਡਾ ਰੋਲ ਬੜੇ ਇਹਦਾ ਰੋਲ ਕਿ ਨਿਕਾਹ ਚ ਦਿਖਾਉਣਾ ਸੀ ਜਿਹੜਾ ਮੈਨੂੰ ਜਾਤੀ ਬਹੁਤ ਪਸੰਦ ਸੀ
ਔਰ ਉਹ ਇਹਨੇ ਇਹੋ ਜਿਹਾ ਅੱਛਾ ਰੋਲ ਕੀਤਾ ਮੇਰੇ ਖਿਆਲ ਅਗਰ ਮੈਂ ਉੱਥੇ ਕਿਸੇ ਹੀਰੋ ਨੂੰ ਵੀ ਲੈਂਦਾ ਨਾ ਪਰ ਮੈਂ ਅਫਗਾਨ ਬਾਈ ਉਹ ਇਹੋ ਜਿਹਾ ਰੋਲ ਦਾ ਕਰ ਸਕਦਾ ਅੱਛਾ ਜੀ ਕਿਹੜਾ ਰੋਲ ਹੈ ਉਹਨੇ ਕੀਤਾ ਸੀ ਕਿ ਆਪਣਾ ਇੱਕ ਬੰਦਾ ਜਿਹਦੀ ਬਚਪਨ ਚ ਮੰਗਣੀ ਹੋ ਗਈ ਅੱਛਾ ਉਹਦੇ ਬਾਅਦ ਉਹ ਫੈਮਿਲੀ ਆਪਣਾ ਅਲੱਦਾ ਹੋ ਗਿਆ ਸੋਰੀ ਜਰਾ ਮੈਂ ਗਲਾ ਖਰਾਬ ਕਰ ਗਿਆ ਫੈਮਿਲੀ ਅਲੱਦਾ ਹੋ ਗਈ ਉਹਦੇ ਬਾਅਦ ਕੀ ਹੋਇਆ ਕਿ ਆਪਣਾ ਜਵਾਨ ਹੋਏ ਉਹਦੇ ਬਾਅਦ ਇੱਕ ਜਗ੍ਹਾ ਤੇ ਮੈਂ ਕੁਛ ਲੜਕੇ ਨਾਲ ਕਲੈਸ਼ ਹੁੰਦਾ ਜੀ ਜੀ ਤੇ ਉਸ ਲੜਕੀ ਨਾਲ ਇਹਦੀ ਮੁਲਾਕਾਤ ਹੁੰਦੀ ਹੈ ਉਹਦੇ ਨਾਲ ਕਲੈਸ਼ ਹੁੰਦਾ ਜਿਹੜੀ ਇਹਦੀ ਮੰਗੇਤਰ ਉਹਦੀ ਬਚਵਾਦੀ ਅੱਛਾ ਉਹ ਲੜਕੀ ਜਿਹੜੀ ਹੈ ਉਹ ਕਿਸੇ ਉਹਨੇ ਪਿਆਰ ਕਰਦੀ ਹੈ ਔਰ ਉਹਦੇ ਸਾਹਮਣੇ ਕਰਦੀ ਹੈ ਠੀਕ ਹੈ ਇਹ ਉਹਨੂੰ ਪਿਆਰ ਕਰ ਰਿਹਾ ਉਹ ਦੂਸਰੇ ਮੁੰਡੇ ਨੂੰ ਪਿਆਰ ਕਰਦੀ ਹੈ ਉਹਦੇ ਬਾਅਦ ਇੱਕ ਇਨਕਸ਼ਾਫ ਜਾ ਕੇ ਹੁੰਦਾ ਕਿ ਇਹ ਤੇ ਇਹਦੀ ਮੰਗੇਤਰ ਹੈ ਬਚਵਾਦੀ ਇਹਦੀ ਫੈਮਿਲੀ ਦੂਰ ਹੋਇਆ ਤਾਂ ਆਪਸ ਚ ਮਿਲੇ ਨਹੀਂ ਸਨ ਅੱਛਾ ਹੁਣ ਉਹ ਕਲੇਮ ਕਰਦਾ ਕਿ ਮੇਰੀ ਮੰਗ ਹੈਗੀ ਰਿਸ਼ਤਾ ਦਿਓ ਮੈਨੂੰ ਮੇਰੀ ਬੀਵੀ ਦਿਓ ਹੁਣ ਜਿਸਨੇ ਉਹਨੇ ਤੁਸੀਂ ਤੀਰਾਣੀ ਦੀ ਤੇ ਨਹੀਂ ਗੱਲ ਕਰ ਨਹੀਂ ਨਹੀਂ ਮੈਂ ਨਿਕਾਹ ਦੀ ਗੱਲ ਕਰ ਨਿਕਾਹ ਫਿਲਮ ਦੀ ਨਿਕਾਹ ਫਿਲਮ ਦੀ ਨਿਕਾਹ ਜੀ ਅੱਛਾ ਬੜੀ ਕਮਾਲ ਫਿਲਮ ਸੀ ਉਹਨੇ ਦੇਖ ਲਈ ਮਤਲਬ ਕਿ ਇਹ ਕਾਪੀ ਵੀ ਹੋਈ ਇੰਡੀਆ ਚ ਬਣਾ ਉਹਦੇ ਬਾਅਦ ਇਹ ਗਾਣਾ ਵੀ ਇਹਦਾ ਸੀ ਨਿਕਾਹ ਮੈਂ ਵੇਖੀ ਮੇਰੇ ਹੁਣ ਥੋੜਾ ਜਿਹਾ ਜ਼ਿਹਨ ਚ ਉਸ ਕੇ ਕੋਈ ਇਹ ਉਹਦੇ ਸੀ ਫੁਰਸਤ ਮਿਲੇ ਫੁਰਸਤ ਮਿਲੇ ਗੋਰੀ ਵੀ ਉੱਚ ਹਾਂ ਦੁਨੀਆ ਦੇ ਕੱਪੜੇ ਗਾਣਾ ਵੀ ਗੋਰੀ ਤੇ ਵਿਛਾਈ ਹੋਇਆ ਨਹੀਂ ਤੇ ਉਹ ਰੋਲ ਇਹਨੇ ਔਰ ਉਹ ਫਿਰ ਰੋਲ ਇਹਨੇ ਕਿਤੇ ਫਿਰ ਅੱਛਾ ਉਹਦੇ ਬਾਅਦ ਸ਼ਾਦੀ ਕਰ ਲੈਂਦਾ ਉਹਦੇ ਨਾਲ ਵੀ ਨੈਚਰਲੀ ਫੈਮਿਲੀ ਹੁੰਦੀ ਸ਼ਾਦੀ ਹੋ ਜਾਂਦੀ ਸ਼ਾਦੀ ਦੇ ਬਾਅਦ ਉਹਨੇ ਖਾਲਕਾ ਬਾਈ ਜੋ ਇਹ ਫਿਰ ਟੌਰਚਰ ਕਰ ਦੇਣਾ ਸੁਣੀ ਜੀ ਕਿਉਂਕਿ ਇਹਦੇ ਸਾਹਮਣੇ ਉਹਨੇ ਇਸ਼ਕ ਕੀਤਾ ਹੁੰਦਾ ਉਸ ਬੰਦੇ ਦਾ ਉਹ ਇਹਨੇ ਅੱਖਾਂ ਨੂੰ ਦੇਖਿਆ ਹੁੰਦਾ ਉਹਨੂੰ ਭੁਲਾ ਨਹੀਂ ਸਕਦਾ ਉਹਨੇ ਤੇ ਮਰਜ਼ੀ ਨੇਚਰ ਦਿੱਤੀ ਸੀ ਇਸ ਫਿਲਮ 'ਚ ਮੇਰੀ ਕਿ ਇਨਸਾਨ ਸਭ ਕੁਝ ਭੁਲਾ ਸਕਦਾ ਜੈਲਸ ਇਨਸਾਨ ਜੀ ਬੰਦੇ ਤੋਂ ਵੱਡਾ ਜੈਲਸ ਕੋਈ ਨਹੀਂ ਹੈਗਾ ਔਰਤ ਜਿਹੜੀ ਇਗਨੋਰ ਕਰ ਜਾਏਗੀ ਬੰਦਾ ਨਹੀਂ ਕਰਦਾ ਬੰਦਾ ਨਹੀਂ ਕਰਦਾ ਕਦੀ ਚੱਲਿਆ ਤਾਂ ਉਹਦੇ ਉੱਤੇ ਫਿਰ ਉਹਦੇ ਰਿਐਕਸ਼ਨ 'ਚ ਹੀ ਫਿਰ ਉਹਦੇ ਰਿਐਕਸ਼ਨ ਵੀ ਐਂਡ ਦੇ ਨਾਲ ਐਂਡ 'ਚ ਮਰ ਜਾਂਦਾ ਫਿਰ ਮਤਲਬ ਉਹਨੇ ਉਹਦੇ ਮਨ ਆਜ਼ਾਦ ਕਰ ਦਿੰਦਾ ਜੀ ਯਾਨੀ ਮਤਲਬ ਇਹ ਬੜੇ ਬੜੀ ਕਵਾਜ਼ ਹੈ ਲਿਆਜ਼ਾ ਉਸ ਬੰਦੇ ਨੇ ਮੈਂ ਸਮਝਦਾ ਬਹੁਤ ਵੱਡਾ ਫਨਕਾਰ ਵਰਸਟ ਡਾਇਰੈਕਟਰ ਸੀ ਸ਼ਾਦੀ ਇਹਨਾਂ ਦੀ ਫਿਲਮ 'ਚ ਆਉਣ ਤੋਂ ਪਹਿਲੇ ਹੋ ਚੁੱਕੀ ਜੀ ਜੀ ਹੋ ਚੁੱਕੀ ਸੀ ਕਿੰਨੇ ਬੱਚੇ ਨੇ ਜੀ ਇਹਨਾਂ ਦੇ ਇਹਨਾਂ ਦੇ ਆਪਣਾ ਨੇ ਤਿੰਨ ਬੇਟੇ ਨੇ ਤਿੰਨ ਬੇਟੇ ਨੇ ਬੱਚੇ ਨੇ ਅੱਛਾ ਬੇਟੀ ਵੀ ਬੀਵੀ ਇਹਨਾਂ ਦੀ ਹਯਾਤ ਹੈ ਜੀ ਬੀਵੀ ਹਯਾਤ ਹੈ ਇਹਨਾਂ ਦੀ ਅੱਛਾ ਜੀ ਤੇ ਹੋਰ ਠੀਕ ਠਾਕ ਲਾਈਫ ਗੁਜ਼ਾਰ ਰਹੇ ਨੇ ਜੀ ਮੇਰੀ ਮੁਲਾਕਾਤ ਚੁੱਕੇ ਨਹੀਂ ਹੋਈ ਅੱਛਾ ਉਹਦੇ ਨਾਲ ਨੂੰਹ ਦੇ ਫੌਤ ਹੋਣ ਤੋਂ ਬਾਅਦ ਉਸ ਫੈਮਿਲੀ ਨੇ ਮੇਰਾ ਬਿਲਕੁਲ ਕਟਾਫ ਹੋ ਗਿਆ ਠੀਕ ਹੈ ਉਸ ਵੇਲੇ ਐਸੀ ਬਣਾ ਆਉਣਾ ਜਾਣਾ ਸੀ ਬਣਾ ਸਾਰਾ ਸਾਡਾ ਮਿਲਣਾ ਮਿਲਾਉਣਾ ਸੀ ਮਿਲਣਾ ਮਿਲਾਉਣਾ ਠੀਕ ਹੈ ਔਰ ਬਸ ਉਹਨੂੰ ਇਹ ਕੰਪਲੈਕਸ ਸੀ ਤੇ ਮੈਂ ਨੇਗਰ ਹੋਵਾਂ ਮਗਰ ਉਹਨੇ ਮੈਂ ਸਮਝਦਾ ਕਿ ਬਹੁਤ ਅੱਛਾ ਆਰਟਿਸਟ ਔਰ ਬੜਾ ਯਾਨੀ ਉਹਨੇ ਬੜੇ ਮੁਖਤਲਿਫ ਰੋਲ ਕੀਤੇ ਨੇ ਐਸੇ ਐਸੇ ਰੋਲ ਕੀਤੇ ਨੇ ਕਿ ਬਲਕਿ ਬਾਹਰ ਵੀ ਨਹੀਂ ਜਾਂਦਾ ਸੀ ਔਰ ਜਦੋਂ ਉਹਨੇ ਆਉਣਾ ਖਾਲੀ ਹੱਥ ਆਉਣਾ ਮੇਰੇ ਕੋਈ ਨਾ ਕੋਈ ਗਿਫਟ ਲੈ ਕੇ ਆਉਣਾ ਅੱਛਾ ਮੇਰੀਆਂ ਮਤਲਬ ਕੋਟ ਮੇਰੀ ਕਾਟਰੇ ਦੀ ਪੈਂਟਾਂ ਇਹਨੂੰ ਲਿਆਉਂਦਾ ਸੀ ਉਸ ਬਾਹਰ ਇਹ ਕੁਝ ਹੋਰ ਜਿਹੜੀ ਆਪਣਾ ਮੈਂ ਸਮਝਦਾ ਕਿ ਉਹਦੀ ਦੋਸਤੀ ਦਾ ਉਹਦੇ ਪਿਆਰ ਦਾ ਇਹ ਇੰਤਹਾ ਸੀ ਮੇਰੀਆਂ ਜਿੰਨੀਆਂ ਉਹਨੇ ਆਪਣੀ ਫਿਲਮਾਂ 'ਚ ਕੰਮ ਕੀਤਾ ਉਹਨੇ ਮੇਰੇ ਕੋਲ ਪੈਸਾ ਦੇ ਦਿਆ ਅੱਛਾ ਜੀ ਫਰੀ ਆਫ ਕਾਸਟ ਯਾਨੀ ਸਾਲਾ ਸਾਹਿਬ 'ਚ ਇਹਨਾਂ 'ਚ ਲਿਆ ਜਿਹਨੇ ਪ੍ਰੋਡਿਊਸਰ ਸਨ ਨਿਕਾਹ ਸੀ ਮੇਰੀ ਆਪਣੀ ਕੀ ਨਾ ਚੂੜੀਆਂ 'ਚ ਆਇਆ ਸੀ ਮੇਰਾ ਫਿਰ ਆਪਣਾ ਹੋਰ ਮੇਰੀਆਂ ਫਿਲਮਾਂ ਸ਼ੇਰ ਸੀ ਚੱਲੀ ਸੀ ਦੂਸਰੀਆਂ ਫਿਲਮਾਂ ਸਨ ਅੱਛਾ ਤੇ ਮਤਲਬ ਉਹਨੇ ਇਹ ਚਿੱਤਾ ਜਾਲਬਾਜ਼ ਸੀ ਮੇਰੀ ਫਿਲਮ ਉਹਨੇ ਉਹਨੇ ਕਿਹਾ ਮੈਂ ਤੇਰੇ ਕੋਲ ਪੈਸੇ ਨਹੀਂ ਲੈਣਾ ਮੈਂ ਜੁੱਤੀਆਂ ਮਾਰ ਲਿਆ ਪੈਸੇ ਨਹੀਂ ਲੈਣਾ ਇਹੋ ਜਿਹਾ ਦੋਸਤ ਇਹੋ ਜਿਹਾ ਅੱਛਾ ਭਰਾ ਮੈਂ ਕਹਿੰਦਾ ਜਿੰਨਾ ਅੱਛਾ ਉਹ ਫਨਕਾਰ ਸੀ ਜਿੰਨਾ ਅੱਛਾ ਆਰਟਿਸਟ ਸੀ ਨਾ ਉਹਨੇ ਉਹਨਾਂ ਅੱਛਾ ਪਰਵਰਦਿਗਾਰ ਨੇ ਉਹਨੂੰ ਇਨਸਾਨ ਵੀ ਬਣਾਇਆ ਸੀ ਬਹੁਤ ਪਿਆਰ ਕਰਨ ਵਾਲਾ ਤੇ ਵੈਸੇ ਰੂਟੀਨ 'ਚ ਉਹ ਮਜ਼ਾਇਆ ਗੁਫਤਗੂ ਕਰਦੇ ਰਹਿੰਦੇ ਸੀ ਜੀ ਜੀ ਹਾਂ ਹਾਂ ਬੜਾ ਮਜ਼ਾ ਬਲਕਿ ਆਪਣਾ ਸਿਰਫ ਉਹਨੂੰ ਜਿਲੇ ਸਿਰਫ ਉਹ ਕੰਪਲੈਕਸ ਅੱਗੇ ਲੱਜੀ ਹੁੰਦਾ ਸੀ ਬੁਢਾਪੇ ਦਾ ਆਪਣਾ ਮੋਟਾਪੇ ਦਾ ਕਿ ਮੋਟਾਪਾ ਜਾਣਾ ਨਹੀਂ ਸੀ ਹਾਲਾਂਕਿ ਵੇਖੋ ਮੋਟਾਪੇ ਦੀ ਵਜ੍ਹਾ ਤੋਂ ਮੋਟਾ ਬੰਦਾ ਹੈ ਮਗਰ ਅੱਲਾ ਨੇ ਉਹਨੂੰ ਬੜਾ ਰੋਈ ਦਿੱਤਾ ਜੀ ਪਰ ਉਹ ਕਿਤੇ ਐਕਸਟਰਾ ਰੋਲ ਛੋਟੇ ਛੋਟੇ ਮਜ਼ਾਇਆ ਰੋਲ ਕਰਦੇ ਸੀ ਇਹਨੂੰ ਲਿਆਇਆ ਸੀ ਇਬਨ ਸ਼ਬਾਬ ਕਰਨੀ ਸਾਹਿਬ ਅੱਛਾ ਉਹਨਾਂ ਇੰਟਰਵਿਊਸ ਕਰਾਇਆ ਸੀ ਅੱਛਾ ਸ਼ਬਾਬ ਸਾਹਿਬ ਦੀ ਫਿਲਮ ਉਹਦੇ ਬਾਅਦ ਫਿਰ ਆਪਣਾ ਫਿਰ ਆਪਣਾ ਟੀਵੀ ਸੀਰੀਅਲ ਸਟੇਜ 'ਤੇ ਵੀ ਆਇਆ ਟੀਵੀ ਸੀਰੀਅਲ ਮੈਂ ਅਲਫ ਨੂਮ ਜੀ ਜੀ ਉਹ ਕੀ ਨਾਮ ਦਾ ਉਹਨਾਂ ਐਲਨ ਦਾ ਕੀ ਅਲਫ ਨੂਨ ਚੌਕੀ ਨੇ ਆਪਣਾ ਜਿਹਨਾਂ ਨੇ ਰਿਜ਼ਵੀਜ਼ ਕਮਾਲ 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 ਕੀ ਬਾਤ ਹੈ
खूबी ऐसी ਕਿ ਉਹ ਅਗਰ ਜੁਗਤ ਵੀ ਕਰਦਾ ਸੀ ਅਗਰ ਮਨਾਂ ਫਿਲਮ ਦੀ ਸੀਨ ਚ ਵੀ ਗੱਲ ਕਰਦਾ ਸੀ ਉਹ ਵਲਗੈਰਿਟੀ ਨਹੀਂ ਹੁੰਦੀ ਸੀ ਬਿਲਕੁਲ ਨਹੀਂ ਸੀ ਅੱਛਾ ਤੰਜ ਹੁੰਦੀ ਸੀ ਮਜ਼ਾਕ ਜਿਹਨੂੰ ਕਹਿੰਦੇ ਤੰਜੋ ਮਜ਼ਾਕ ਸਹੀ ਮੈਨੇ ਜੀ ਇਹ ਫਨਕਾਰ ਚ ਇਹ ਖੂਬੀ ਸੀ ਤੰਜੋ ਮਜ਼ਾਕ ਤੇ ਜਿਹੜਾ ਉਹਨਾਂ ਦੇ ਨਾਲ ਇੱਕ ਅਲੀਜਾ ਸਾਹਿਬ ਦੀ ਜੋੜੀ ਬਣਦੀ ਅੱਛਾ ਕਿਉਂ ਜੁੜੀ ਇਹ ਇਹਨਾਂ ਦਾ ਆਪਸ ਦੇ ਵਿੱਚ ਕੀ ਕੈਸੀ ਮੁਹੱਬਤ ਹੁੰਦੀ ਸੀ ਅੱਛਾ ਵੈਸੇ ਆਮ ਲਾਈਫ ਚ ਆਮ ਲਾਈਫ ਚ ਬੜੀ ਸੀ ਬੜਾ ਪਿਆਰ ਮਗਰ ਉਹ ਆਮ ਲਾਈਫ ਚ ਜੁੱਤਾ ਮਲ ਬਹੁਤ ਕਰਦਾ ਸੀ ਹਾਲੇ ਉਹ ਮੋਟਾ ਸੀ ਇਹਨ ਜੁੱਤਾ ਜ਼ਿਆਦਾ ਹੁੰਦੀਆਂ ਸੀ ਮਗਰ ਅਲੀਜਾ ਨੂੰ ਉਹ ਮਨਾ ਬਹੁਤ ਜੁੱਤਾ ਕਰਦਾ ਲੇਕਿਨ ਫਿਲਮ ਦੇ ਵਿੱਚ ਵੀ ਜ਼ਿਆਦਾ ਉਹ ਅਲੀਜਾ ਨੂੰ ਜੁੱਤਾ ਉਹ ਹੀ ਕਰਦਾ ਸੀ ਉਹ ਹੀ ਕਰਦਾ ਸੀ ਤੇ ਅਲੀਜਾ ਜ਼ਿਆਦਾ ਜੁੱਤਾ ਨਹੀਂ ਮਾਰਦਾ ਹੈਗਾ ਬਹੁਤ ਜ਼ਿਆਦਾ ਮਾਰਦਾ ਸੀ ਉਹ ਕੀਤੀ ਹੀ ਕਰਦਾ ਸੀ ਕੀਤੀ ਹੀ ਕਰਦਾ ਸੀ ਰਿਪੀਟ ਕਰਦਾ ਸੀ ਰਿਪੀਟ ਇੱਕ ਦੀ ਗੱਲ ਹਾਂ ਜਦੋਂ ਫਿਲਮ ਦੀ ਅਗਰ ਜੁੱਤਾ ਕਰਨ ਵਾਲਾ ਸੀ ਉਹ ਨੰਨਾ ਸਭ ਤੋਂ ਜ਼ਿਆਦਾ ਮੁਨਵਰ ਸੀ अपने दुख सुख की दास्तान हो सारा मतलब ये बंदे वो ने जिन्हें ने अपने लाश भी मिल दी जिन्हें लिहाजा मुनवर नन्ने रंगीले मेरा उन बड़ा बहुत ही ज्यादा प्यार बहुत ज्यादा बाकी जो खलीफा नजीर अली शाह वगैरह एज रूटीन मेरे नाल अपनी मिसाल आप हम असी एक ऐसा सवाल मैं करना चाहना थानू थोड़ा जहा तलख भी आए तरश भी आए मेरा ख्याल है साढ़े जेडे नाजरीन ने जानना चाहे कि थोड़ी जी उन्होंने उस लाइफ ते भी असी रोशनी पाई है जिस पक्ष ते एक गल है कि वह इस दुनिया तो चले गए और उन्होंने कहा जाता है कि खुदकशी की और दुनिया तो चले गए ये बड़ा ही दुख और सदमे वाली गल है ये बारे दसो कि किमें अचानक उन्होंने फैसला कर लिया खगान भाई जिसले मैं इस गल सोचना ना यकीन को मैं परेशान हो जाता कि मेरा वो दोस्त मेरा वो प्यारा यार जरा जिंदगी आम जिंदगी बुजदिल तरीन इंसान मैंने दस दौ अपना खगान भाई कि एक बुजदिल इंसान खुदकुशी किस तरह कर सकता मौत बड़ा डरता सी मैं शूटिंग करने जा रहा है अपना मंगले मंगला चीज दे अपना उसे मंगला क्रॉस करनी सी तो लॉन च बैठे हैं उसे डर रहे लॉन च बैठे ओ यार ओ कुछ डिगना पे डुबना है वह मैं खार की होया तेन अपने जान दे यानी ऐसा बंदा गल की है कि इंसान के कहते ने कि इश्क मुश्किल नहीं छुपते छुपते नहीं है और ये जरूरी नहीं कि इश्क जरा जवानी च हो गए या बचपन च हो जाए या अपना मिडल एज हो बुढ़ापे च हो जाए किसी एज भी हो सकता है एक ऐसी बीमारी हैगी है जी किसी वे भी आ सकती सब ये कुछ पता नहीं इलाज कोई नहीं है करो दुनिया के इलाज लिया एंड की है खात्मा मिट्टी अंदर जाना इश्क है ना वो है इस बंदे उस उम्र ही जाके इश्क होया उस उम्र जाके इन्हें प्यार किया मेरा ख्याल है इन्हें टुट के प्यार किया उस खातून अल्लाह उन्हें जिंदगी देवे जिथे भी है और हूँ ये खुदा बे तो जानता कि सिंसियर से या कि अपना सिंसियर नहीं सी नहीं सी ये खुदा जानता है राज से याद हाँ मैं एक दफा वो घर गया ये मैंने पता लगा मैं कितने है कह लगी उस खातून के घर से गया मैं उत्थे गया और जो ये हालत में देखी है ना गान मेरी अखा जो सो गया अच्छा मैं कहूँ दिन क्यों
ਸ਼ਾਰਟਸ ਪਾਈ ਸੀ ਨਾ ਇੱਕ ਮੈਨੂੰ ਖੁੱਲ੍ਹਾ ਜਿਹਾ ਬੰਦਾ ਉੱਤੇ ਟੋਪ ਪਾਇਆ ਸੀ ਔਰ ਜੇ ਵਧੀ ਇਹਦੀ ਤੂੰ ਗੰਜਾ ਤਾਂ ਉਂਝ ਹੈ ਸੀ ਮੈਨੂੰ ਅਫਸੋਸ ਹੈ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਖਤੂਨ ਮੈਂ ਕਿਹਾ ਇਹਦੀ ਕੁਛ ਕੇਅਰ ਕਰ ਲਓ ਉਹ ਵੀ ਉੱਥੇ ਸੀ ਮੇਰੇ ਸਾਹਮਣੇ ਉਹਦੇ ਘਰ ਉਹਦੇ ਘਰ ਦੇ ਮੈਂ ਕਿਹਾ ਅੱਛਾ ਮੈਂ ਕਿਹਾ ਇਹਦੀ ਕੇਅਰ ਕਰ ਲਓ ਇਹ ਬੜਾ ਕੀਮਤੀ ਹੀਰਾ ਹੈਗਾ ਜੀ ਪਰ ਇਹਨੂੰ ਤੁਸੀਂ ਪੱਥਰ ਨਾ ਸਮਝੋ ਇਹਨੂੰ ਕੋਲਾ ਨਾ ਸਮਝੋ ਇਹ ਬੜੀ ਬੜੀ ਕੀਮਤੀ ਚੀਜ਼ ਹੈ ਬਸ ਕਹਿ ਗਏ ਮੈਂ ਆ ਗਿਆ ਫਿਰ ਇਹਨੂੰ ਮੈਂ ਦੋ ਤਿੰਨ ਦਫ਼ਾ ਮਿਲਿਆ ਬੜਾ ਸਮਝਾਇਆ ਮੈਨੂੰ ਕਹਿੰਦਾ ਕਹਿੰਦਾ ਕੀ ਕਰਾਂ ਯਾਰ ਬਸ ਮੈਂ ਕਿਹਾ ਸ਼ਾਇਦ ਸ਼ਾਦੀ ਕਰ ਲਾ ਹੁੰਦਾ ਮਤਲਬ ਹੁਣ ਮੇਰਾ ਖਿਆਲ ਹੈ ਕਿ ਇਹ ਮੈਂ ਇਸ ਮਾਮਲੇ 'ਚ ਜਿਹੜਾ ਚੁੱਕੇ ਮੈਂ ਥੋੜ੍ਹਾ ਜਿਹਾ ਪਿੱਛੇ ਹਾਂ ਕਿ ਨੂੰ ਬੇਤਹਾਜਾ ਚਾਹੁੰਦਾ ਸੀ ਕਿ ਉਹਨਾਂ ਸ਼ਾਦੀ ਹੋ ਜਾਏ ਅੱਛਾ ਉਹਦੀ ਹਰ ਹਰ ਸ਼ੁਰੂ ਕੋਸ਼ਿਸ਼ ਸੀ ਕਿ ਸ਼ਾਦੀ ਹੋ ਜਾਏ ਲਿਹਾਜ਼ਾ ਉਹ ਸ਼ਾਦੀ ਜਿਹੜੀ ਹੈ ਨਾ ਉਹ ਚੁੱਕੇ ਹੋ ਸਕਦਾ ਉਹ ਉਹਦੇ ਵੱਲੋਂ ਮਜਬੂਰੀ ਹੋਵੇ ਉਹਦੇ ਵੱਲ ਕੋਈ ਇਨਕਾਰ ਹੋਵੇ ਉਹ ਨਾ ਕਰ ਸਕਦੀ ਹੋਵੇ ਕੀ ਵਜ੍ਹਾ ਅੱਛਾ ਫਿਰ ਦੂਸਰੀ ਗੱਲ ਇਹ ਕਿ ਨੂਨ ਦੇ ਨਾਲ ਮੈਂ ਆਪਣਾ ਦੋਸਤ ਦੇਖ ਮੈਂ ਬੜੀ ਸੱਚੀ ਗੱਲ ਕਰਨ ਲੱਗਾ ਸਰ ਉਹੋ ਜਿਹੇ ਬੰਦੇ ਨਾਲ ਉਸ ਸਟਰਕਚਰ ਨਾਲ ਉਸ ਫਿਜ਼ੀਕ ਦੇ ਨਾਲ ਬੰਦਾ ਉਹਨੂੰ ਇੰਜੋਏ ਤਾਂ ਕਰ ਸਕਦਾ ਹੈਗਾ ਇੰਨਾ ਸਿੰਸੀਅਰ ਨਹੀਂ ਕਰ ਸਕਦਾ ਉਹ ਇਸ ਵਾਸਤੇ ਕਿ ਫੀਮੇਲ ਕਾ ਖਾਸ ਕਰ ਕਿ ਜੀ ਮੋਟਾਪਾ ਗੰਜਾ ਬੰਦਾ ਬਾਲੇ ਜਿਸ ਨਾਲ ਮੇਰਾ ਇੱਕ ਹੋਰ ਲੇਕਿਨ ਉਹ ਮੋਟਾਪਾ ਗੰਜਾ ਵੀ ਹੋਵੇ ਸਾਰਾ ਕੁਛ ਹੋਵੇ ਦਿਲ ਤੇ ਉਹਦਾ ਸਾਨੂੰ ਤੇ ਕੋਈ ਨਹੀਂ ਨਾ ਇਹ ਉਹ ਸਮਝਦਾ ਨਾ ਜੇ ਅਗਰ ਸਾਹਮਣੇ ਵਾਲਾ ਵੀ ਇਹ ਸਮਝ ਲਵੇ ਤੇ ਲਾਈਫ ਹੀ ਠੀਕ ਹੋ ਜਾਏ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਦਿਲ ਦਿਲ ਤੋਂ ਤੇ ਪ੍ਰੋਬਲਮ ਆਉਂਦਾ ਹੁਣ ਕੀ ਹੈ ਉਹਨੂੰ ਆਪਣੇ ਉਸ ਪਿਆਰ ਨੂੰ ਬਚਾਉਣ ਵਾਸਤੇ ਨੈਚੁਰਲੀ ਪੈਸੇ ਵੀ ਖਰਚ ਕਰਨੇ ਪੈਂਦੇ ਪੈਸੇ ਤੋਂ ਬਗੈਰ ਤਾਂ ਨਹੀਂ ਚੱਲਦਾ ਜਿਹੜਾ ਵੀ ਸਾਹਮਣੇ ਹੋਏਗਾ ਅਗਰ ਤੁਹਾਨੂੰ ਸੰਸੀ ਕਿੰਨਾ ਵੀ ਸੰਸੀਅਰ ਹੋਵੇ ਪੈਸਾ ਤਾਂ ਫਿਰ ਖਾਣ ਵਾਸਤੇ ਫਿਰ ਵੀ ਚਾਹੀਦਾ ਹੈ ਲਿਹਾਜ਼ਾ ਉਸ ਵਾਸਤੇ ਕੰਮ ਘੱਟ ਗਿਆ ਕੰਮ ਰਿਹਾ ਨਾ ਇਸ਼ਕ ਜ਼ਿਆਦਾ ਹੋ ਗਿਆ ਔਰ ਉਹਦੇ ਬਾਅਦ ਪੈਸਾ ਉਹ ਜਿਹੜਾ ਜਮ੍ਹਾਂ ਸੀ ਜਨਮ ਪੂੰਜੀ ਉਹ ਤੁਹਾਨੂੰ ਲੈਂਦੇ ਗਏ ਅਖੀਰ ਜਿੱਥੇ ਪੈਸਾ ਪਿਆ ਸੀ ਉਹਨਾਂ ਨੇ ਵੀ ਹੱਥ ਬੰਦ ਕਰ ਦਿੱਤਾ ਕਿ ਬਸ ਬਈ ਇਹ ਬਿਲਕੁਲ ਗੁਆ ਨਾ ਬੈਠੀ ਇਹ ਬੱਚਿਆਂ ਵਾਸਤੇ ਵੀ ਹੈ ਪਿੱਛੇ ਹੋਰ ਪਿੱਛੇ ਵਾਸਤੇ ਵੀ ਹੈ ਲਿਹਾਜ਼ਾ ਉਹ ਉਸ ਗੱਲ ਨੂੰ ਸਮਝਦਾ ਨਹੀਂ ਸੀ ਉਹ ਕਹਿੰਦਾ ਜੋ ਕੁਛ ਹੈ ਉਹਨੇ ਇੱਕ ਟਾਰਗੇਟ ਬਣਾਇਆ ਸੀ ਮੇਰਾ ਇਹੀ ਹੈ ਸਭ ਕੁਛ ਉਹ ਦੇਖੋ ਨਾ ਇਹ ਬਿਗੜੀ ਕਿੱਡੀ ਵੱਡੀ ਬਿਮਾਰੀ ਹੈ ਖਗਾਨ ਬਾਈ ਕਿ ਉਹ ਆਪਣੇ ਖੂਨ ਨੂੰ ਭੁੱਲ ਗਿਆ ਜੇ ਉਹਨਾਂ ਬੱਚਿਆਂ ਨੂੰ ਭੁੱਲ ਗਿਆ ਜੇ ਉਸ ਬੀਵੀ ਨੂੰ ਪੁੱਛ ਗਿਆ ਜੇ ਉਹ ਫੈਮਿਲੀ 'ਚ ਭੁੱਲ ਗਿਆ ਜੇ ਖੁਦਕੁਸ਼ੀ ਕੀਤੀ ਪਰੇਸ਼ਾਨ ਹੋ ਗਏ ਜਾਂ ਇਸ ਗੱਲੋਂ ਕਿ ਉਹਦਾ ਹੱਥ ਵੀ ਤੰਗ ਸੀ ਉਹ ਡਿਮਾਂਡ ਵੀ ਪੂਰੀ ਨਹੀਂ ਕਰ ਸਕਦਾ ਸੀ ਨੈਚੁਰਲੀ ਇਸ਼ਕ ਕਈ ਦਫ਼ਾ ਡਿਮਾਂਡ ਵੀ ਕਰਦਾ ਜੀ ਡਿਮਾਂਡ ਵੀ ਹੁੰਦੀ ਹੈ ਔਰ ਆਪਣਾ ਖਾਨ ਭਾਈ ਬੜੀਆਂ ਖੌਫਨਾਕ ਡਿਮਾਂਡਾਂ ਹੁੰਦੀਆਂ ਆਪਣੀ ਜ਼ਿੰਦਗੀ ਦੇ ਉੱਤੇ ਗੁਫ਼ਤਗੂ ਕਰੀਏ ਤੇ ਇੱਕ ਪੂਰਾ ਦਬਿਸਤਾਨ ਨੇ ਬਿਲਕੁਲ ਬਿਲਕੁਲ ਔਰ ਇਹਨਾਂ ਦੀ ਜ਼ਿੰਦਗੀ ਇੰਨੇ ਲੋਕਾਂ ਨਾਲ ਜੁੜੀ ਹੋਈ ਹੈ ਪੂਰੀ 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 500 ਸਫ਼ੇ ਦੀ ਕੀ 1000 ਸਫ਼ੇ ਦੀ ਕਿਤਾਬ ਬਣ ਜਾਏਗੀ ਮੈਂ ਪਾਕਿਸਤਾਨ ਦੀ ਹੀਰੋਇਨਾਂ ਨੇ ਵੀ ਸ਼ਾਦੀਆਂ ਕਰਕੇ ਦੇਖੀ ਹੈ ਮੈਂ ਉਹਨਾਂ ਨੇ ਇਸ਼ਕ ਕਰਕੇ ਵੀ ਦੇਖੇ ਨੇ ਮੈਂ ਹੋਰ ਮੈਂ ਹਰ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਤੁਸੀਂ ਇੱਕ ਫਿਲਮ 'ਚ ਥੋੜ੍ਹਾ ਜਿਹਾ ਖੁਦ ਵੀ ਆਏ ਸੀ ਉਹ ਮੈਂ ਆਪਣਾ ਨਿਕਾਹ ਸੀ ਨਿਕਾਹ ਉਹ 'ਚ ਮੈਂ ਆਪਣਾ ਗੈਸਟ ਰੋਲ ਸੀ ਮੈਂ ਕਹਿੰਦਾ ਸੀ ਸਾਰਿਆਂ ਨੂੰ ਮੈਂ ਯਾਰ ਇੱਕ ਗੈਸਟ ਰੋਲ ਹੈ ਮੇਰਾ ਕਰ ਦਿਓ ਕਰ ਦਿਓ ਅਤੇ ਉਹ ਸਾਰੇ ਕਹਿਣ ਲੱਗੇ ਕਿ ਮੈਨੇ ਕੋਈ ਗੱਲ ਨਸ਼ਾ ਕਰ ਦੇਵਾਂਗੇ ਅੱਛੀ ਬਾਅਦ ਅੱਗੇ ਮੈਨੂੰ ਆਪਣਾ ਸੁਨੈਨ ਆਇਆ ਸੀ ਉਦੋਂ ਮੈਨੇ ਸ਼ੂਟਿੰਗ ਮੈਂ ਕਰ ਰਿਹਾ ਸੀ ਅਤੇ ਨਿਕਾਹ ਦੀ ਛੁੱਟੀ ਮੈਂ ਸੁਨੈਨ ਨੂੰ ਕਿਹਾ ਮੈਂ ਸੁਨੈਨ ਕਹਿੰਦੇ ਮੈਂ ਯਾਰ ਆਪਣਾ ਛੋਟੇ ਜਿਹਾ ਹੈ ਇਸ ਤਾਈ ਇੱਥੋਂ ਪਿਕਚਰਾਈਜ਼ ਕਰਵਾ ਦੇ ਕਰ ਦੇ ਕਹਿ ਲੱਗੇ ਜੀ ਆਪਣਾ ਕੌਣ ਕਿ ਮੈਂ ਕਿਹਾ ਮੁੰਡਾ ਆ ਰਿਹਾ ਮੈਂ ਬੁਲਾਇਆ ਉਹ ਜਿਹੜੇ ਮੁੰਡੇ ਨੂੰ ਬੁਲਾਇਆ ਮੈਂ ਦੇਖਿਆ ਉਹ ਨਹੀਂ ਸੀ ਇਸ ਕਾਬਲ ਉੱਥੇ ਰਾਣੀ ਬੈਠੀ ਸੀ ਅਲਾ ਜੀ ਮੈਂ ਰਾਣੀ ਨੂੰ ਕਿਹਾ ਰਾਣੀ ਮੈਂ ਕਿਹਾ ਮੂਵੀ ਸਾਰੇ ਬੈਠੇ ਹੋਏ ਮੇਰੀ ਵੀ ਸ਼ੂਟਿੰਗ ਸੀ ਮੈਂ ਕਿਹਾ ਰਾਣੀ ਆਪਣਾ ਕਿੰਨਾ ਇੱਕ ਮੇਰਾ ਗੈਸਟ ਰੋਲ ਕਰ ਦੇ ਅਗਰ ਤੇਰੀ ਮਿਹਰਬਾਨੀ ਹੈ ਮੈਂ ਕਿਹਾ ਇੱਕ ਸਟਾਰਟ ਦੀ ਸਤਾਈ ਅਤੇ ਐਂਡ ਦੀ ਸਤਾਈ
ਕਹਿੰਦੀ ਲੈ ਮੈਨੂੰ ਪੂਰੀ ਫਿਲਮ 'ਚ ਹੀਰੋਇਨ ਨਹੀਂ ਰੱਖਿਆ ਅਤੇ ਮੈਂ ਗੈਸਟ ਕਰਾਂਗੀ। ਮੇਰਾ ਉਦੋਂ ਮਜ਼ਾਕ ਵੀ ਬੜਾ ਸੀ, ਸਟੂਡੈਂਟ ਇਕੱਠੇ ਬੜੇ ਬਹੁਤ ਕੰਮ ਕੀਤਾ। ਰਾਣੀ ਪਹਿਲੀ ਮੇਰੀ ਪਹਿਲੀ ਫਿਲਮ 'ਚ ਰਾਣੀ ਹੀਰੋਇਨ, ਅਤੇ ਮੈਂ ਕਹਿੰਦੀ ਨਹੀਂ, ਉਹ ਬੈਠੀ ਸੰਗੀਤਾ ਬੈਠੀ ਸੀ, ਮੈਂ ਸੰਗੀਤਾ ਤੂੰ ਕਰ ਦੇ, ਅੱਛਾ ਮੇਰਾ ਗੈਸਟ ਹੈਗਾ। ਕਹਿੰਦੀ ਇੱਕ ਸ਼ਰਤ ਹੈਗੀ, ਮੈਂ ਕੀ? ਕਹਿੰਦੀ ਮੇਰੇ ਨਾਲ ਤੂੰ ਕਰ। ਮੈਂ ਕੀ ਮਤਲਬ? ਕਹਿੰਦੀ ਅਸੀਂ ਦੋਵੇਂ ਕਰਨੇ, ਫਿਰ ਦੋਵੇਂ ਕਰਨੇ, ਤੂੰ ਵੀ ਕਰ ਮੈਂ ਵੀ ਕਰਨਾ। ਅੱਛਾ ਉਹ ਮੈਂ ਵੀ ਮੈਂ ਕਿਹਾ ਚੱਲ ਆ ਜਾ। ਲੋ ਜੀ ਉਹ ਮੇਕਅਪ ਰੂਮ 'ਚ ਉੱਥੇ ਡਿਸਾਈਡ ਹੋਇਆ, ਅਸੀਂ ਬਜਾਏ ਕਿਸੇ ਹੁਣ ਜਿਹੜਾ ਮੁੰਡਾ ਬੁਲਾਉਣਾ ਸੀ ਉਹਦੇ ਠੀਕ ਨਹੀਂ ਲੱਗਾ ਕਿ ਹੋਰ ਦਾ ਇਨਸਾਫ ਕਰੀ। ਉਹ ਮੈਂ ਅਤੇ ਸੰਗੀਤਾ ਦੋਵੇਂ ਅਸੀਂ ਗਏ। ਮੈਂ ਸੁਨੈਣ ਨੂੰ ਕਿਹਾ, ਮੈਂ ਸੁਨੈਣ ਦੇ ਰਾਤ ਨੂੰ ਸਟਾਰ ਸੌਂਗ ਗਿਆ, ਉਹ ਸੁਨੈਣ ਨੇ ਸਟਾਰ ਗਿਆ, ਬੜਾ ਅੱਛਾ ਸੀ। ਮੈਂ ਵੇਖਿਆ ਉਹ ਪੋਰਸ਼ਨ ਜਾਂ ਸਟਾਰ ਦਾ ਪੋਰਸ਼ਨ, ਮੈਂ ਵੇਖਿਆ ਬਹੁਤ ਹੀ ਅੱਛਾ ਸੀ ਮਾਸ਼ਾਅੱਲਾ। ਉਹ ਇੰਨਾ ਕੁ ਹੋਣਾ ਵੀ ਚਾਹੀਦਾ ਕਿ ਕੁਝ ਬੰਦੇ ਦੀ ਯਾਦਾਸ਼ਤ ਆ ਇਹਦੇ ਨਾਲ। ਨਹੀਂ ਫਿਲਮ ਮੇਰੀ ਹੈ ਨਾ, ਕੌਣ ਦੇ ਲੈ ਜਾਣੇ, ਅਰਲੈਂਡ ਬਾਈ ਫਿਲਮ ਸੀ। ਅੱਛਾ ਅੱਛਾ ਉਹ ਚ ਮੈਂ ਕੀਤਾ ਸੀ ਰੋਲ ਬਣਾ। ਅੱਛਾ ਮਹਿਸੂਸ ਅਖਤਰ ਨੂੰ ਮੈਂ ਕਿਹਾ ਸੀ, ਮੈਂ ਕਿਹਾ ਰੋਲ ਕਰ ਦੇ। ਅੱਛਾ ਤੋ ਮਹਿਸੂਸ ਅਖਤਰ ਨੇ ਆਪਣਾ ਨਖਰੇ ਕੀਤੇ, ਮੈਂ ਚੱਲ ਯਾਰ ਛੱਡ ਦੇ ਉਹਨੂੰ, ਮੈਂ ਪੰਜਾਬੀ ਮੈਂ ਹੀ ਲਿਆਂਦਾ ਸੀ ਵੀਰ ਪਿਆਰੇ ਚ। ਅੱਛਾ ਯੂਸੁਫ ਖਾਨ ਦਾ ਛੋਟਾ ਭਰਾ। ਅੱਛਾ ਸਰ ਅਸੀਂ ਗੱਲ ਕਰ ਰਹੇ ਹਾਂ ਫਿਲਮ ਸਟਾਰ ਨੰਨੇ ਦੇ ਹਵਾਲੇ ਦਾ, ਕਿ ਇੱਕ ਬੰਦਾ ਐਡਾ ਮੋਟਾ ਜਿਹਾ ਹੈ ਔਰ ਛੋਟੇ ਛੋਟੇ ਮਜ਼ਾਇਆ ਰੋਲ ਕਰਦਾ ਪਿਆ, ਔਰ ਯਕਦਮ ਉੱਥੋਂ ਉਹਨੇ ਟਰਨ ਲਿਆ, ਉਹਦੀ ਲਾਈਫ 'ਚ ਐਸੀ ਤਬਦੀਲੀ ਆਈ ਕਿ ਇੰਡਸਟਰੀ ਨੇ ਉਹਨੂੰ ਹੀਰੋ ਬਣਾ ਦਿੱਤਾ। ਬਿਲਕੁਲ ਬਿਲਕੁਲ, ਮੇਰੀ ਫਿਲਮ ਚ ਅਥਰੇ ਪੁੱਤਰ ਚ ਅਲੀ ਜਾਜ਼ ਨੇ ਓਲਡ ਰੋਲ ਕੀਤਾ, ਤੇ ਅਗਲੀ ਫਿਲਮ ਸਾਰਾ ਸਭ ਗਾਣਾ ਵਿੱਚ ਹੀਰੋ ਹੀਰੋ ਦੇਖੋ ਨਾ। ਔਰ ਤੁਸੀਂ ਕੈਸਾ ਗਾਣਾ ਪਿਕਚਰਾਈਜ਼ ਕੀਤਾ ਉਹਦਾ, ਸਾਵਾਂ ਚ ਆਇਆ ਤੂਫਾਨ, ਅੱਲਾ ਨੇ ਬਸ ਉਹ ਐਸਾ ਖੂਬਸੂਰਤ ਲੱਗਾ ਹੀ ਨਹੀਂ ਕਿ ਪਹਿਲੇ ਸੀਨੀਅਰ ਰੋਲ ਵੀ ਕਰਦੇ ਰਹੇ। ਗੱਲ ਬਈ ਗੱਲ ਪਤਾ ਕੀ ਹੈ, ਜਿਸ ਲਈ ਅੱਲਾ ਪਾਕ ਨੇ ਆਪਣੇ ਬੰਦੇ 'ਤੇ ਰਹਿਮਤ ਕਰਨੀ ਹੁੰਦੀ ਹੈ ਨਾ, ਅਤੇ ਫਿਰ ਉਹਦੀਆਂ ਨਲੈਕੀਆਂ ਦੇ ਪਰਦੇ ਪਾ ਰਹੇ, ਪਰਦੇ ਪਾ ਖੂਬੀਆਂ ਬਣਾਉਂਦਾ, ਉਹਦੇ ਬਾਅਦ ਉਹਦੀਆਂ ਉਹ ਹੀ ਨਲੈਕੀਆਂ ਹੀ ਉਹ ਲੋਕਾਂ ਨੂੰ ਦਿਸਦੀ ਹੀ ਨਹੀਂ ਹੈ ਕਿ ਵੀ ਇਹ ਬੰਦਾ ਮੋਟਾ ਵੀ ਹੈ, ਛੋਟਾ ਹੀ ਹੈ, ਜਾਂ ਕਾਲਾ ਹੈ, ਜਾਂ ਚਿੱਟਾ ਹੈ, ਜਾਂ ਸਿਰ 'ਤੇ ਵਾਲ ਹੈ, ਹਰ ਵਿਗ ਵੀ ਸੱਜ ਜਾਂਦੀ ਸੀ ਉਹਨਾਂ ਨੂੰ। ਇਸੇ ਸਾਡੇ ਪਾਕਿਸਤਾਨ ਦਾ ਟੌਪ ਕਲਾਸ ਆਖਰੀ ਉਮਰ ਤੱਕ ਜਿਹੜਾ ਹੀਰੋ ਰਿਹਾ ਸੁਲਤਾਨ ਦੇ, ਸੁਲਤਾਨ ਵਿਗਲਾਂ ਦਾ ਰਿਹਾ, ਬਹੁਤ ਆਪਣਾ ਮਰਡਰ ਨੂੰ ਹੋਇਆ ਸੁਲਤਾਨ ਰਹੀ ਦਾ, ਸਿਰਫ ਆਪਣਾ ਖਾਨ ਬਈ ਇਸ ਲਈ ਮਰ ਗਿਆ ਚ ਨਹੀਂ ਸੀ ਨਾ, ਗੈਟਮ 'ਚ ਨਹੀਂ ਸਰ। ਅਗਰ ਉਹ ਸੁਲਤਾਨ ਰਾਈ ਆਪਣਾ ਆਪਣੇ ਗੈਟਮ 'ਚ ਹੁੰਦਾ, ਉਹ ਤਾਂ ਪੰਜਾਬ ਦਾ ਹੀਰੋ ਸੀ, ਉਹਦਾ ਨਾ ਕੁੰਡੀਆ ਬਦਵਾਸ਼ਾਂ ਦਾ, ਉਹਦਾ ਉਹਨਾਂ ਦਾ ਜਿਗਰ ਜਾਨ ਸੀ, ਉਹ ਕਿਸੇ ਮਾਰ ਸਕਦੇ ਉਹਨਾਂ ਨੂੰ ਸੈੱਟ ਤੇ। ਵੈਸੇ ਆਉਂਦਿਆਂ ਵੇਖੀਦਾ ਸੀ ਪੈਂਟ ਪਾਈ ਸ਼ਰਟ ਪਾਈ ਹੈ, ਸਿਰ ਤੇ ਵਿਗ ਨਹੀਂ ਹੈਗੀ, ਉਹ ਵਾਲ ਵਾਲ ਹੈ ਨਹੀਂ, ਤੇ ਉਹਨਾਂ ਨੇ ਆ ਕੇ ਜਿਸ ਵੇਲੇ ਉੱਥੇ ਗੈਟਅਪ ਕਰਨਾ ਤੇ ਫਿਰ ਪਤਾ ਲੱਗਣਾ ਹੁਣ ਸੁਲਤਾਨ ਦੇ। ਅੱਛਾ ਅੱਲਾ ਜਿੰਨੇ ਸੀ ਕਰ ਰਾਜ ਸਾਹਿਬ ਨੇ ਮੇਰੇ ਬੜਾ ਕੰਮ ਕੀਤਾ, ਬਹੁਤ ਜ਼ਿਆਦਾ ਕੀਤਾ ਕੰਮ, ਬਲਕਿ ਮੈਂ ਉਹਨਾਂ ਨੇ ਇੱਕ ਫਿਲਮ 'ਚ ਲਈ ਜਿਹ 'ਚ ਉਹਨਾਂ ਨੂੰ ਅਵਾਰਡ ਵੀ ਮਿਲੇ ਸੀ, ਰਾਣੀ ਬੇਟੀ ਰਾਜ ਕਰੇਗੀ, ਜਮਨ ਬਬਲ ਦਾ, ਬੜਾ ਅੱਛਾ। ਅਤੇ ਮੈਂ ਕਿਹਾ ਰਾਜ ਸਾਹਿਬ ਮੈਨੂੰ ਇਹ 'ਚ ਘੰਟਾ ਘੰਟਾ ਨਹੀਂ ਚਾਹੀਦਾ, ਪੂਰੀ ਪੂਰੀ ਸ਼ਿਫਟ ਚਾਹੀਦੀ ਮੈਨੂੰ ਤੁਹਾਡੀ ਇਹਦੀ, ਲਿਆਦਾ ਪੂਰੀ ਸ਼ਿਫਟ ਮੈਂ ਉਹਨਾਂ ਕੋਲ ਨਹੀਂ ਸੀ, ਔਰ ਅੱਲਾਹ ਨੇ ਇੱਜ਼ਤ ਦਿੱਤੀ। ਅਤੇ ਉਹ ਬੰਦੇ ਨੂੰ ਉਹਨਾਂ ਦੀ ਕੰਪਲੈਕਸ ਸੀ, ਨੰਨੇ ਨੂੰ ਮੋਟਾਪੇ ਦਾ ਕੰਪਲੈਕਸ ਸੀ, ਮੇਰੇ ਆਪਣਾ ਉਸ ਭਰਾ ਨੂੰ ਆਪਣਾ ਰਾਈ ਸਾਹਿਬ ਨੂੰ ਅੱਲਾਹ ਜਿੰਨੇ ਸੀ ਕਰੇ ਉਹਨਾਂ ਨੂੰ ਕੰਪਲੈਕਸ ਕੀ ਪੈਂਟ ਸੂਟ ਦਾ, ਕਿ ਸੂਟ ਬੁੱਟ ਹੋ ਗਿਆ ਨਾ ਫਿਲਮ 'ਚ, ਮੈਂ ਵੈਲ ਡਰੈਸ ਹੋ ਗਿਆ, ਉਹ ਲਾਚਿਆਂ 'ਚ ਲੱਜੀ ਸੀ, ਅੱਲਾਹ ਲਾਚਿਆਂ ਨੇ ਉਹਨੂੰ ਕਾਮਯਾਬੀ ਦਿੱਤੀ, ਲਾਚੇ ਪੰਜਾਬ ਦਾ ਹੀਰੋ ਵੀ ਬਣਿਆ। ਇਹੋ ਜਿਹਾ ਬਦਮਾਸ਼ ਵੀ ਨਹੀਂ ਚੱਲ ਸਕਦਾ ਜਿਹੋ ਜਿਹਾ ਉਹਨੂੰ ਚਾਲ ਉਹਨੇ ਦੱਸੀ, ਬਦਮਾਸ਼ਾਂ ਨੂੰ ਉਹਨੇ ਚਾਲ ਸਾਲ ਰਾਤ ਦੀ ਬਦਮਾਸ਼ੀ ਇਸ ਤਰ੍ਹਾਂ ਚਾਲ ਕਿਆ ਬਾਤ। ਸਾਲਾ ਸਾਹਿਬ ਜਿਸ ਤਰ੍ਹਾਂ ਦਰਵਾਜ਼ਾ ਖੋਲ ਕੇ ਰਾਈ ਸਾਹਿਬ ਅੰਦਰ ਆਏ ਨੇ, ਪਹਿਲਾਂ ਸਲਾਮ ਕਰੋ, ਪਹਿਲਾਂ ਸਲਾਮ ਕਰੋ, ਉਹਦੀ ਚਾਲ ਚਾਲ ਹੈ ਉਹਦੇ, ਜਿਹੜੇ ਤੁਸੀਂ ਦੋ ਚਾਰ ਕਦਮ ਕੈਸੇ ਖੂਬਸੂਰਤ ਨੇ ਉਹ, ਉਹਨਾਂ ਦੀ ਚਾਲ ਹੀ ਬਹੁਤ ਆਲਾ ਹੈ। ਔਰ ਮੈਨੂੰ ਆਪਣਾ ਯਾਦ ਖਾਨ ਬਾਈ ਇੱਕ ਫਿਲਮ ਸੀ ਮੇਰੀ ਤੀ ਰਾਣੀ, ਹਾਂਜੀ ਤੀ ਰਾਣੀ ਯੂਸੁਫ, ਅਜੇ ਦੇਖੋ ਸਾਲਾ ਸਾਹਿਬ ਜੀ ਮੈਂ ਬਦਮਾਸ਼ ਦਾ ਰੋਲ ਕਰਵਾਇਆ ਸੁਲਤਾਨ ਦਾ ਹੀ ਕੋਲ, ਇਹ ਚ ਯੂਸੁਫ, ਅੱਜ ਇਹ ਚ ਯੂਸੁਫ ਨੂੰ ਲਿਆ, ਸੁਲਤਾਨ ਨੂੰ ਨਹੀਂ, ਹਾਲਾਂਕਿ ਉਹ ਹਿੱਟ ਹੋਇਆ ਸੀ ਉਹ ਚ, ਜਿਹਲੇ ਆਪਣਾ ਫਿਲਮ ਰਿਲੀਜ਼ ਹੋਈ ਫਿਲਮ ਵਾਲਾ ਨੇ ਇੱਜ਼ਤ ਦਿੱਤੀ ਹਿੱਟ ਹੋ ਗਈ, ਅਤੇ ਲੋਕਾਂ ਨੇ ਕਿਹਾ ਹੈਗਾ, ਉਹਨੇ ਕਿਹਾ ਕਾਸ਼ ਅਗਰ ਇਹੋ ਜਿਹਾ ਬੰਦਾ ਬਦਮਾਸ਼ ਹੈ ਨਾ ਤਾਂ ਸਾਡਾ ਵੀ ਦਿਲ ਕਰਦਾ ਸੀ ਬਦਮਾਸ਼ ਹੋ ਜਾਈਏ। ਸਰ ਤੁਸੀਂ ਬਦਮਾਸ਼ ਦਾ ਇਮੇਜ ਐਸਾ ਕ੍ਰੀਏਟ ਕੀਤਾ ਕਿ ਬਦਮਾਸ਼ ਦੀ ਜਿਹੜੀ ਭੈਣ ਹੈ ਉਹ ਪਰੇਸ਼ਾਨ ਹੋ ਗਈ ਆਪਣੇ ਸਹੁਰਿਆਂ ਘਰ, ਅਤੇ ਪਿਓ ਪੁੱਤਰ ਨੂੰ ਦੱਸਣ ਆਇਆ, ਮਦਦ ਲੈਣ ਵੀ ਨਹੀਂ ਆਇਆ, ਦੱਸਣ ਆਇਆ, ਅਤੇ ਪਿਓ ਬਦਮਾਸ਼ ਦੇ ਡੇਰੇ 'ਤੇ ਪਿਓ ਆਇਆ ਅਤੇ
ਤੁਸੀਂ ਐਸਾ ਸੀਨ ਕਰਾਇਆ ਸਰ, ਯੂਸਫ ਖਾਨ ਸਾਹਿਬ ਨੇ ਐਸਾ ਸੀਨ ਕੀਤਾ ਕਿ ਆਪਣੇ ਮੋਢੇ ਤੋਂ ਚਾਦਰ ਝਾੜ ਕੇ ਫੱਟਾ ਜਿਹਾ ਝਾੜ ਦੇਣੇ, ਉਹ ਐਸਾ ਕਿ ਬੰਦੇ ਨੂੰ ਐਸੇ ਹੀ ਰੋਣਾ ਆ ਜਾਂਦਾ। ਇੱਕ ਤੁਸੀਂ ਉਹ ਚੀਜ਼ ਟੱਚ ਦੇਖਿਆ ਹੋਣਾ ਕਿ ਜਿਸਦੇ ਉਹ ਕਹਿੰਦੇ 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 ਜਾ ਪੁੱਤਰ ਤੂੰ ਗੱਲ ਕਰ, ਸ਼ਾਇਦ ਤੇਰੀ ਗੱਲ ਮੰਨ ਲੈ, ਤੇ ਜਾਂਦਾ ਹੈਗਾ ਜਾਂਦੇ ਕਹਿੰਦੇ ਰੁਕ ਜਾ ਬਾਵਾਂ, ਕਹਿੰਦੇ ਪੁੱਤਰ ਬਾਵਾਂ ਧੀਆਂ ਦੇ ਘਰ ਜਾਈਏ ਤੇ ਭੈਣਾਂ ਦੇ ਕੋਲ ਜਾਈਏ ਤੇ ਬਾਵਾਂ ਦਿਲਾਂ ਦੇ ਸੌਦੇ ਤੋਂ ਸ਼ੁਰੂ ਹੋਈ ਆ। ਨੌਕਰ ਦੇ ਮਾਲਕ ਤੋਂ ਹੋਣਾ ਚਾਹੀਦਾ। ਅੱਛਾ ਅੱਛਾ, ਨੌਕਰ ਦੇ ਮਾਲਕ ਤੋਂ ਪੇਅਰ ਆਲੀਆ ਨਾਲ ਸੀ, ਦਿਲਾਂ ਦੇ ਸੌਦੇ ਚ ਦਿਲਾਂ ਦੇ ਸੌਦੇ ਚ ਨਾਜ਼ਲੀ ਸੀ, ਫਿਰ ਧੀ ਰਾਣੀ ਚ ਉਹਨਾਂ ਦਾ ਇਕੱਠਾ ਸੀ ਰੋਲ, ਉਹਨਾਂ ਦਾ ਨਾਜ਼ਲੀ ਦੇ ਸਿਰ ਚ ਸੰਗਿਆ ਆਪਣਾ ਹੱਕ ਔਰ ਫਿਰ ਜਦੋਂ ਉਹਨੂੰ ਲੈ ਆਂਦਾ ਉਹਨੇ ਤੇ ਫਿਰ ਉਹ ਅਗਲੇ ਹੱਕ ਲਈ ਵੀ ਲੜ ਜਿਹੜੀ ਧੀ ਉਹਨਾਂ ਨੇ ਲੈ ਕੇ ਲਿਆਂਦੀ ਹੋਈ ਹੈ ਉਹਨੂੰ ਵੀ ਉਹ ਕੰਫਰਮ ਕਰਦਾ ਕਿ ਤੁਸੀਂ ਗਲਤ ਕਰ ਰਹੇ ਹੋ, ਇਹਨੂੰ ਇਹਦਾ ਹੱਕ ਦਿਓ। ਇਹ ਬੜੀ ਨੂਨ ਨੇ ਬਹੁਤ ਅੱਛੇ ਅੱਛੇ ਰੋਲ ਕੀਤੇ ਨੇ ਉਹਨੇ ਆਪਣੀ ਜ਼ਿੰਦਗੀ ਚ, ਬਸੀਅਤ ਇੱਕ ਫਨਕਾਰ ਇੱਕ ਆਰਟਿਸਟ ਦੇ। ਅੱਛਾ ਕਦੀ ਸੋਰੀ ਤੁਹਾਡੀ ਗੱਲ ਕੱਟ ਰਿਹਾ, ਐਸਾ ਵੀ ਹੋਇਆ ਕਿ ਤੁਸੀਂ ਕਦੀ ਕੋਈ ਰੋਲ ਸਿਲੈਕਟ ਕੀਤਾ ਉਹਨਾਂ ਲਈ ਤੇ ਉਹਨਾਂ ਨੇ ਕਿਹਾ ਨਹੀਂ ਮੈਨੂੰ ਇਹ ਨਹੀਂ ਅੱਛਾ ਲੱਗ ਰਿਹਾ ਤੁਸੀਂ ਮੈਨੂੰ ਇਹ ਦੇ ਦਿਓ? ਨਹੀਂ ਅੱਜ ਤੱਕ ਇਹ ਗੱਲ ਨਹੀਂ ਹੋਈ। ਅੱਛਾ ਅਜੋ ਮਿਲ ਚੁੱਕੇ ਹੁਣ ਪਤਾ ਸੀ ਇਹ ਕਿਤਾਬ ਮੈਨੂੰ ਜਦੋਂ ਵੀ ਰਹੇਗਾ ਇਹ ਬੜੇ ਪ੍ਰੋਪਰ ਰੋਲ ਚ ਰਹੇਗਾ। ਅੱਛਾ ਉਹਨੂੰ ਇਹ ਵੀ ਪਤਾ ਸੀ ਕਿ ਇਹ ਚੇਂਜ ਰੋਲ ਮੈਨੂੰ ਇਹਨੇ ਦੇਣਾ ਹੈਗਾ। ਤੁਸੀਂ ਮੇਰੀ ਫਿਲਮਾਂ ਚੁੱਕੋ ਦੇਖੋ ਮਹਿੰਦੀ ਚ ਚੇਂਜ ਰੋਲ, ਚੇਂਜ ਰੋਲ ਧੀ ਰਾਣੀ ਚੇਂਜ ਰੋਲ, ਨਿਕਾਹ ਚ ਡਿਫਰੈਂਟ ਬਹੁਤ ਹੀ ਚੇਂਜ ਰੋਲ। ਅੱਜ ਕੁਦਰ ਇੱਕ ਉਹਦਾ ਰੋਲ ਹੀ ਕੁਦਰਤ ਦੇਖਣ ਵਾਲਾ, ਕੁਦਰਤ ਜੋ ਨੇ ਜਿਲੇ ਉਹ ਬੱਚਾ ਮਰਦਾ ਹੈਗਾ ਨਾ, ਯਾਨੀ ਦੂਸਰਿਆਂ ਨਾਲ ਜ਼ੁਲਮ ਕਰ ਰਿਹਾ ਹੈਗਾ, ਜਿਲੇ ਆਪਣੇ ਬੱਚੇ ਨੇ ਹੁੰਦੀ ਹੈ ਤਾਂ ਉਹਨੂੰ ਜਿਲੇ ਦਫਨਾਉਣ ਹਿੰਮਤ ਨਹੀਂ ਹੁੰਦੀ ਕਿ ਬੱਚੇ ਨੂੰ ਦਫਨਾਵੇ ਕਬਰ ਚ, ਉਹ ਸੀਨ ਦੇਖਣ ਵਾਲੇ ਬਹੁਤ ਅੱਛਾ ਸੀਨ, ਬੜੇ ਬੜੇ ਬਹੁਤ ਕਮਾਲ ਬਹੁਤ ਕਮਾਲ ਬਹੁਤ ਮੈਂ। ਅੱਛਾ ਸਰ ਇੱਕ ਗੱਲ ਤੁਹਾਡੇ ਕੋਲ ਪੁੱਛਣੀ ਚਾਹਾਂਗਾ ਕਿ ਤੁਹਾਡੀ ਬਹੁਤ ਹੀ ਇੱਕ ਖੂਬਸੂਰਤ ਫਿਲਮ ਹੈ ਮਹਿੰਦੀ, ਮਹਿੰਦੀ ਬੜੀ ਟ੍ਰੈਂਡ ਸੈਟਰ ਫਿਲਮ ਸੀ ਜਿੱਥੋਂ ਇੱਕ ਨਵੇਂ ਆਰਟਿਸਟ ਨੇ ਜਨਮ ਲਿਆ, ਜਵੇਸ਼ ਸ਼ੇਖ ਸਾਹਿਬ ਉਹ ਚ ਹੀਰੋ ਆਏ, ਤੁਸੀਂ ਜਦਕਿ ਪੇਅਰ ਇਸ ਤੋਂ ਪਿੱਛੇ ਚੱਲਿਆ ਆ ਰਿਹਾ ਸੀ ਅਲੀ ਜਾਜ਼ ਦੇ ਨੰਨੇ ਦਾ, ਨੰਨਾ ਉੱਥੇ ਤੁਸੀਂ ਰੱਖਿਆ, ਅਲੀ ਜਾਜ਼ ਸਾਹਿਬ ਕੱਟ ਹੋ ਗਏ, ਜਵੇਸ਼ ਸਾਹਿਬ ਐਂਟਰ ਹੋ ਗਏ, ਇਹ ਜੋੜੀ ਹੀ ਉਹ ਟੁੱਟ ਗਈ ਉੱਥੇ, ਇਹ ਤੁਸੀਂ ਬ੍ਰੇਕਿੰਗ ਨਿਊਜ਼ ਦੇ ਦਿੱਤੀ ਫਿਲਮ, ਇਹ ਕਿਵੇਂ ਤੁਸੀਂ ਸੋਚਿਆ ਕਿਸ ਤਰ੍ਹਾਂ ਹੋਇਆ? ਸੁਣ ਲਓ ਨਾ ਹੋਇਆ ਕੀ ਹੈ, ਨੰਨਾ ਸਾਹਿਬ ਨੂੰ ਤੁਸੀਂ ਰੱਖਿਆ, ਮੈਂ ਇੱਕ ਨੰਨਾ ਹੈ ਆਲਰੇਡੀ ਮੇਰੀ ਹਰ ਫਿਲਮ ਚ ਤਕਰੀਬਨ ਮਿਸ ਹੀ ਨਹੀਂ ਹੋਇਆ, ਤੁਸੀਂ ਮੇਰੀ ਫਿਲਮ ਚੁੱਕ ਲਓ, ਦੋ ਮੇਰੀ ਛੋਟੀ ਫਿਲਮ ਹੈ ਵੱਡੀ ਫਿਲਮ ਜੇ ਐਕਸ਼ਨ ਹੈ ਦੂਸਰੀ, ਉਹ ਨੰਨਾ ਜ਼ਰੂਰ ਹੈ ਉਹ ਚ, ਅਗਰ ਰੋਲ ਨਹੀਂ ਬਣਿਆ ਤਾਂ ਗੈਸ ਮੈਂ ਲਾਇਆ ਉਹਨੂੰ, ਠੀਕ ਹੈ ਮੇਰੀ ਫਿਲਮ ਚ ਹੋਵੇ ਜ਼ਰੂਰ। ਇਹ ਆਪਣਾ ਮਹਿੰਦੀ ਜਿਹੜਾ ਸ਼ੁਰੂ ਹੋ ਗਿਆ, ਮੈਂ ਇੱਕ ਸੈੱਟ ਕੀਤਾ ਇਹਦਾ ਅਲੀ ਜਾਜ਼ ਦਾ, ਅਲੀ ਜਾਜ਼ ਦਾ ਅੰਜਮਨ ਦਾ ਇਹਨਾਂ ਸਾਰੇ ਨੰਨੇ ਦਾ ਪੂਰਾ ਸੈੱਟ ਕੀਤਾ ਮੈਂ, ਕਿਉਂ ਹੋਇਆ ਕਿ ਮੈਨੂੰ ਡੇਟਾ ਦੀ ਜ਼ਰੂਰਤ ਸੀ ਕਿਉਂਕਿ ਉਸ ਲਈ ਵਿਕਦਾ ਸੀ ਸੇਲੇਬਲ ਸਨ, ਅਤੇ ਆਪਣਾ ਮੈਂ ਆਪਣਾ ਇਹਨੂੰ ਕੋਈ ਡੇਟਾ ਡੂਟਾ ਲਈਆ ਸੈੱਟ ਕੀਤਾ, ਹੁਣ ਅੱਗੋਂ ਮੈਨੂੰ ਡੇਟਾ ਚਾਹੀਦੀ ਸਰ, ਮੈਂ ਅਲੀ ਜਾਜ਼ ਨੂੰ ਕਹਾਂਗਾ ਯਾਦ ਯਾਰ ਆਪਣਾ ਡੇਟਾ ਦੇ ਤਾਂ ਕਿ ਫਿਲਮ ਨੂੰ ਮੁਕੰਮਲ ਕਰਾਂ, ਕਿਉਂਕਿ ਮੇਰੇ ਪ੍ਰੋਡਿਊਸਰ ਬਹੁਤ ਅੱਛੇ ਸਨ। ਅੱਛਾ ਆਪਣਾ ਅੱਲਾ ਜੀ ਨਸੀਬ ਕਰੇ ਫੌਤ ਹੋ ਗਿਆ ਮਸੂਦ ਸਾਹਿਬ ਆਪਣਾ ਕੈਪਟਨ ਦੇ ਮਾਲਕ, ਜੀ ਜੀ ਮਹਿਬੂਬ ਸਾਹਿਬ ਉਹਨਾਂ ਅੱਲਾ ਜ਼ਿੰਦਗੀ ਉਹ ਆਪਣਾ ਜ਼ਿੰਦਾ ਨੇ, ਜੀ ਜੀ ਅਤੇ ਮਸੂਦ ਸਾਹਿਬ ਫੌਤ ਹੋ ਗਏ ਅਤੇ ਉਹ ਆਪਣਾ ਮੈਨੂੰ ਕਹਿਣਗੇ ਇਹਦਾ ਫਿਲਮ ਨੂੰ ਜਲਦੀ ਮੁਕਾਈਏ ਤਾਂ ਕਿ ਮਤਲਬ ਅਸੀਂ ਕਾਰੋਬਾਰੀ ਲੋਕ ਹਾਂ, ਫਿਰ ਅੱਗੋਂ ਫਿਰ ਮਾਰਕੀਟ 'ਚ ਆਵੇ, ਮਾਰਕੀਟ 'ਚ ਆਵੇ ਦੂਸਰੇ ਕੰਮ ਸ਼ੁਰੂ ਕਰੀਏ। ਉਹ ਮੈਂ ਅਲੀ ਜਾਜ਼ ਕੋਲ ਡੇਟਾ ਮੰਗਾ, ਉਹ ਥੋੜ੍ਹਾ ਜਿਹਾ ਉਸ ਲਈ ਮਸਰੂਫ ਹੀ ਸੀ ਬੜਾ, ਕਹਿੰਦੇ ਕਹਿੰਦਾ ਹਾਂਜੀ ਮੈਂ ਦਿੰਦਾ ਜੀ, ਬਹੁਤ ਜੀ ਟਾਈਮ ਹੀ ਨਹੀਂ ਹੈਗਾ, ਬਸ ਕੀ ਕਰੀਏ ਬੱਚਿਆਂ ਨੂੰ ਦੇਣ ਵਾਸਤੇ ਟਾਈਮ ਨਹੀਂ ਹੈਗਾ। ਮੈਂ ਕਿਹਾ ਗੱਲ ਸੁਣ, ਕਿ ਮੇਰਾ ਦਿਲ ਥੋੜ੍ਹਾ ਜਿਹਾ ਤੂੰ ਤੂੰ ਲਾ ਗਿਆ, ਮੈਂ ਕਿਹਾ ਬੇਵਕੂਫ ਆਦਮੀ, ਮੈਂ ਕਿਹਾ ਦੁਆ ਕਰ ਆਪਣੇ ਤੈਨੂੰ ਇਹ ਇੱਜ਼ਤ ਦਿੱਤੀ ਹੋਈ ਹੈ, ਤੈਨੂੰ ਇੱਜ਼ਤ ਦਿੱਤੀ ਹੋਈ ਹੈ,
ਮੈਂ ਕਿਹਾ ਤੂੰ ਕਹਿੰਦਾ ਬੱਚਿਆਂ ਕੋਲ ਰਹਿੰਦੇ ਟਾਈਮ ਨਹੀਂ, ਉਹ ਨਾ ਵੀ ਬੱਚਿਆਂ ਵਾਸਤੇ ਟਾਈਮ ਰਹਿ ਜਾਏ, ਫਿਲਮ ਵਾਸਤੇ ਟਾਈਮ ਰਹਿਣਾ ਮਤਲਬ। ਮੈਂ ਕਿਹਾ ਆਪਣੇ ਆਪ ਨੂੰ ਸੰਭਾਲ ਅਤੇ ਮੈਂ ਕਿਹਾ ਨਖਰੇ ਨਾ ਕਰ, ਮੈਨੂੰ ਡੇਟਾ ਦੇ ਜਿਹਨੇ ਜਿਹਨੇ। ਅੱਛਾ ਮੈਂ ਆਵਾਂਗਾ ਆਊਟਡੋਰ ਤੋਂ ਫਿਰ ਡੇਟਾ ਦੇਵਾਂਗਾ। ਇਹ ਗੱਲ ਮੇਰੇ ਪ੍ਰੋਡਿਊਸਰ ਨੇ ਸੁਣੀ, ਮੈਂ ਬਾਹਰ ਦਫ਼ਤਰ ਦੇ ਬਾਹਰ ਗੱਲ ਕਰ ਰਿਹਾ, ਪ੍ਰੋਡਿਊਸਰ ਨੇ ਮੇਰੇ ਨਾਲ ਸੁਣ ਲਈ। ਅੱਛਾ ਮੈਂ ਅੰਦਰ ਆਇਆ, ਕਹਿੰਦੇ ਇਤਾਫ ਕੀ ਹੋਇਆ? ਮੈਂ ਕਿਹਾ ਜੀ, ਕਹਿੰਦਾ ਮੈਂ ਆਊਟਡੋਰ ਤੋਂ ਆ ਕੇ ਮੈਂ ਡੇਟਾ ਦੇਵਾਂਗਾ। ਕਹਿੰਦਾ ਯਾਰ ਮੇਰੀ ਗੱਲ ਮੰਨੇਗਾ? ਮੈਂ ਕਿਹਾ, ਕਹਿੰਦੇ ਨੁਕਸਾਨ ਮੇਰਾ ਹੈਗਾ, ਮੇਰਾ ਨੁਕਸਾਨ ਹੋਣਾ ਨਾ, ਮੈਂ ਪ੍ਰੋਡਿਊਸਰ ਨਾਲ। ਮੈਂ ਕਿਹਾ ਹਾਂਜੀ। ਕਹਿੰਦੇ ਇਹਨੂੰ ਠੀਕ ਕਰਦੇ। ਅੱਛਾ ਮੇਰਾ ਦਿਲ ਨਹੀਂ ਮੰਨਦਾ ਇਹਨੂੰ ਰੱਖੀਏ ਫਿਲਮ 'ਚ। ਮੈਂ ਕਿਹਾ ਜੀ ਸੀ ਅਵੇਲੇਬਲ ਹੈਗਾ, ਦਿਖਦਾ ਹੈਗਾ, ਜਿਹੜੇ ਡਿਸਟ੍ਰੀਬਿਊਟਰ ਦੀ ਡਿਮਾਂਡ ਹੈਗੀ। ਕਹਿੰਦੇ ਯਾਰ ਛੱਡ ਜੀ, ਅੱਲਾ ਮਾਲਕ ਕੁਛ ਸੋਚ ਲਿਆ। ਇੰਨੀ ਦਿਨ ਨੂੰ ਸੈਫ ਸੈਫ ਦੀ ਸੈਫ ਸਾਹਿਬ ਆ ਗਿਆ। ਅੱਛਾ ਅਤੇ ਸੈਫ ਸਾਹਿਬ ਨੇ ਸਾਡਾ ਬੜਾ ਪਿਆਰ ਸੀ ਸੈਫ ਸਾਹਿਬ। ਅਤੇ ਉਹਨੇ ਕਿਹਾ, ਸੈਫ ਸਿੰਘ ਉਹਨੇ ਕਿਹਾ ਕੀ ਹੋ ਰਹੀ ਹੈ ਗੱਲ ਬਈ ਪ੍ਰੋਡਿਊਸਰ ਡਾਇਰੈਕਟਰ ਜੀ? ਉਹ ਕਹਿੰਦੇ ਮੈਨੂੰ ਮਹਿਸੂਸ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਮੇਰੇ ਇਤਾਫ ਨੂੰ ਕਹਿ ਰਹੇ ਸਰ, ਮੈਨੂੰ ਯਾਰ ਅਲੀ ਯਾਦ ਨੂੰ ਕੱਟ ਕਰਦੇ, ਕੋਈ ਹੋਰ ਰੱਖ ਲਾ ਮੁੰਡਾ ਹੀਰੋ, ਕਿਉਂਕਿ ਇੱਕ ਪਾਸੇ ਅੰਜਮਨ ਹੈਗੀ ਹੈ, ਇੱਕ ਪਾਸੇ ਸੰਗੀਤਾ ਹੈਗੀ ਹੈ, ਵਿੱਚ ਅਲੀ ਜਾ ਰਹੇ ਜੀ, ਅੱਛਾ ਨਹੀਂ ਲੱਗਦਾ। ਮੈਂ ਕਿਹਾ ਜੀ ਅੱਛਾ ਤਾਂ ਮੈਨੂੰ ਵੀ ਨਹੀਂ ਲੱਗਦਾ, ਮਗਰ ਤੁਸੀਂ ਸਹਿਲੇ ਬਣੇ ਕੀ ਕਰੀਏ? ਉਹਨੇ ਕਿਹਾ, ਕਹਿੰਦੇ ਇੰਨੀ ਦਿਨ ਨੂੰ ਮੈਨੂੰ ਆਪਣਾ ਇਹਦੇ ਜਿਵੇਂ ਸ਼ੇ ਦੇ ਪੈਗਾਮ ਆ ਚੁੱਕੇ ਸਨ ਕਿ ਜੀ ਅਗਰ ਪੰਜਾਬੀ ਫਿਲਮ ਹੈ ਕਰਨੀ, ਪੰਜਾਬੀ ਫਿਲਮਾਂ ਦੀ ਆਫਰ ਹੋਈ। ਉਹਨੇ ਇਨਕਾਰ ਕਰਤਾ ਜੀ ਵੀਰ ਨੇ। ਉਹਨੇ ਕਿਹਾ ਕਿ ਪੰਜਾਬੀ ਫਿਲਮ ਮੈਂ ਕਰਨੀ ਹੈ, ਪਹਿਲੀ ਫਿਲਮ ਇਤਾਫ ਨਹੀਂ ਕਰਾਂਗਾ। ਅੱਛਾ ਇਹ ਮੇਰੇ ਕੋਲ ਮੇਰੀ ਸੇਧ ਤੋਂ ਉਸੇ ਵੇਲੇ ਮੇਰੇ ਸੇਧ 'ਚ ਆਇਆ। ਮੈਂ ਕਿਹਾ ਜੀ ਆਪਣਾ ਮਲਿਕ ਸਾਹਿਬ ਕਬੀ ਅਲਵਿਦਾ ਨੇ ਕਹਿਣਾ ਜੀ ਆਪਣਾ ਇੱਕ ਹੀਰੋ ਆਇਆ ਮੁੰਡਾ ਨਵਾਂ ਆਪਣਾ। ਮੈਂ ਕਿਹਾ ਹੈ ਤਾਂ ਪੁਰਾਣਾ ਮਗਰ ਹੀਰੋ ਨਵਾਂ ਪਹਿਲੀ ਦਾ ਆਇਆ ਜਵੇਰ ਸ਼ੇਖ। ਅਤੇ ਮੈਂ ਕਿਹਾ ਉਹ ਕਹਿ, ਕਹਿੰਦਾ ਹਾਂ ਉਹ ਠੀਕ ਹੈਗਾ। ਮੈਂ ਕਿਹਾ ਜੀ ਉਹਨੇ ਮੈਨੂੰ ਮੈਸੇਜ ਦਿੱਤਾ ਕਿ ਜੇ ਅਗਰ ਮੈਸੇਜ ਆਇਆ ਕਿ ਅਗਰ ਮੈਂ ਪੰਜਾਬੀ ਫਿਲਮ ਕਰਨੀ ਹੈ ਤਾਂ ਪਹਿਲੇ ਅਮਿਤਾਭ ਸਾਹਿਬ ਦੀ ਕਰਾਂਗਾ। ਉਹਨੇ ਕਿਹਾ ਯਾਰ ਉਹਨੂੰ ਕਰ ਲੈ, ਸਾਹਿਬ ਸਾਹਿਬ ਗੱਲ ਕਰ ਲੈ ਯਾਰ, ਇਹ ਠੀਕ ਹੈ। ਸਾਹਿਬ ਸਾਹਿਬ ਨੇ ਸੈਕਿੰਡ ਕਰ ਦਿੱਤਾ। ਓਕੇ ਹੋ ਗਿਆ, ਓਕੇ ਹੋ ਗਿਆ। ਅਲੀ ਜਹਾਜ਼ ਆਊਟਡੋਰ ਗਿਆ। ਅੱਛਾ ਪਿੱਛੇ ਮੈਂ ਮੈਂ ਜਵੇਰ ਸ਼ੇਖ ਨੂੰ ਬੁਲਾਇਆ, ਬੁਲਾ ਕੇ ਉਹਨਾਂ ਗੱਲ ਕੀਤੀ। ਜਵੇਰ ਸ਼ੇਖ ਨੂੰ ਆਪਣਾ ਡਿਊਸ ਲਿਆ ਸੀ, ਇਹ ਲੱਖ ਰੁਪਏ ਨਹੀਂ 1.5 ਲੱਖ ਦਾ, ਸੋਰੀ, ਇਹਨੇ 60 ਮੰਗੇ, 1.5 ਲੱਖ ਦਾ ਇਹਨੇ ਸਾਈਨ ਕੀਤਾ ਕਿ ਤੂੰ ਦੂਸਰੀ ਫਿਲਮ ਨਹੀਂ ਕਰੇਗਾ, ਤਾਂ ਵਕਤ ਮੇਰਾ ਕੈਮਰਾ ਕਲੋਜ਼ ਨਾ ਹੋ ਜਾਏ। ਠੀਕ ਹੈ, ਉਹਦੇ ਬਾਅਦ ਤੂੰ ਦੂਸਰੀ ਫਿਲਮ ਕਰ ਲਏਗਾ। ਲਿਆਦਾ ਇਹਨੂੰ ਆਪਣੀ 50,000 ਰੁਪਏ ਐਡਵਾਂਸ ਦਿੱਤਾ। ਅੱਛਾ 1.5 ਲੱਖ ਦਾ ਸਾਈਨ ਕੀਤਾ, ਬੌਂਡ ਕੀਤਾ ਕਿ ਜੀ ਇਹਦਾ ਕੈਮਰਾ ਕਲੋਜ਼ ਹੁੰਦਾ। ਅਲੀ ਜਹਾਜ਼ ਦੇ ਆਉਣ ਤੋਂ ਪਹਿਲੇ ਮੈਂ ਉਹਦਾ ਸੈੱਟ ਜਿਹੜਾ ਠੀਕ ਕਰ ਦਿੱਤਾ। ਅੱਛਾ ਜਿਹੜਾ ਮੇਨ ਸੈੱਟ ਸੀ, ਜਿਹੜਾ ਮੈਂ ਸੈੱਟ ਕੀਤਾ ਸੀ ਨਾ ਰਿਸ਼ਤਾ, ਉਹ ਮੈਨੂੰ ਠੀਕ ਕਰ ਲਿਆ। ਉਹ ਵਾਪਸ ਆਇਆ, ਵਾਪਸ ਆ ਹੁਣ ਪਤਾ ਲੱਗ ਗਿਆ ਕਿ ਇਤਾਫ ਨੇ ਮੈਨੂੰ ਠੀਕ ਕਰ ਦਿੱਤਾ। ਮੇਰੇ ਕੋਲ ਨਸਾ ਆਇਆ ਹੀ ਹੈ। ਮੈਂ ਕਿਹਾ ਯਾਦ ਵਕਤ ਗਿਆ, ਨਿਕਲ ਗਿਆ ਇੱਥੋਂ। ਮੈਂ ਕਿਹਾ ਸੱਚ ਹੈ ਕਿ ਮੇਰੇ ਪ੍ਰੋਡਿਊਸਰ ਨੇ ਤੇਰੀਆਂ ਗੱਲਾਂ ਸੁਣ ਲਈਆਂ ਨੇ, ਲਿਆਦਾ ਉਹ ਕਹਿੰਦਾ ਮੇਰਾ ਪੈਸਾ ਹੈ ਨਾ। ਮੈਂ ਕਿਹਾ ਉਹ ਨਹੀਂ ਚਾਹਦਾ, ਬਸ ਜੋ ਪਤਾ ਨਹੀਂ ਮੈਂ ਕੁਦਰਤ ਵਾਲਾ ਜਾਂ ਉਹਦਾ ਸਵਾਲ ਆਇਆ ਸੀ ਨੂਰੀ ਚ ਮੈਂ ਅਜ਼ਹਰ ਕਾਜ਼ੀ ਨੂੰ ਪਹਿਲੀ ਦਫ਼ਾ ਮੈਂ ਲੈ ਕੇ ਆਉਂਦਾ। ਅੱਛਾ ਹਾਂਜੀ, ਪੰਜਾਬੀ। ਉਹਦੇ ਬਾਅਦ ਗੁਲਾਮ ਮਹੀਉਦੀਨ ਨੂੰ ਕਾਤਲ ਦੇ ਫਰਿਸ਼ਤੇ ਚ ਮੈਂ ਪਹਿਲੀ ਦਫ਼ਾ ਲੈ ਕੇ ਆਇਆ ਪੰਜਾਬੀ। ਇਹ ਸਾਰੇ ਇਹਨਾਂ ਆਸੀਆਂ ਨੂੰ ਪੰਜਾਬੀ ਮੈਂ ਲਿਆ, 4 ਖੂਨ ਦੇ ਪਿਆਸੇ। ਅੱਛਾ ਅੱਛਾ, ਮਤਲਬ ਇਹਨਾਂ ਨੂੰ ਕਿ ਪੰਜਾਬੀ ਵਾਲੇ ਪਾਸੇ ਆਓ, ਕਿਉਂਕਿ ਮੈਨੂੰ ਆਪਣਾ ਮੇਰੀ ਮਾਂ ਬੋਲੀ ਸੀ ਅਤੇ ਮੈਨੂੰ ਬੜਾ ਪਿਆਰ ਸੀ। ਔਰ ਇਮਾਨਦਾਰੀ ਸਾਡੀ ਇਸ ਜ਼ਬਾਨ ਦੀ ਇੰਨੀ ਮਿਠਾਸ ਹੈਗੀ ਹੈ। ਅੱਛਾ, ਅਸੀਂ ਅਲਤਾਫ ਸਾਹਿਬ ਨੰਨਾ ਹੋਰਾਂ ਦੀ ਜ਼ਿੰਦਗੀ ਦੇ ਜਿਹੜੇ ਹੋਰ ਪੱਖ ਨੇ, ਉਹਨਾਂ ਦੇ ਬੱਚੇ ਫਿਲਮ ਵੱਲ ਕਿਉਂ ਨਹੀਂ ਆਏ? ਉਹ ਐਸਾ ਸੀਗੇ ਮਨਾ, ਕਿਉਂਕਿ ਜਿਸ ਦੌਰ ਨੂੰ ਉਹਨੇ ਬੱਚਿਆਂ ਨੂੰ ਲਿਆਉਣਾ ਸੀ ਉਸ ਵੇਲੇ ਤਾਂ ਪ੍ਰਵਾਨ ਚੜ ਰਹੇ ਸਨ, ਜਵਾਨ ਹੋ ਰਹੇ ਸਨ ਸਾਰੇ। ਅਤੇ ਉਸ ਤਰ੍ਹਾਂ ਮਨੋਵਰ ਸਿੰਘ ਅਤੇ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਟਰਾਈ ਕੀਤੀ, ਟਰਾਈ ਕੀਤੀ ਉਹਨੇ ਨਹੀਂ ਜਾਣੇ ਦੇ ਬੇਟੇ ਨਹੀਂ ਲਿਆ ਗਿਆ। ਹਾਂ ਨਹੀਂ, ਮੈਂ ਬਲਕਿ ਮੈਂ ਹੀ ਮਨਾ ਲਿਆਂਦਾ, ਉਹਨੂੰ ਇੰਟਰੋਡਿਊਸ ਮੈਂ ਹੀ ਕਰਵਾਇਆ। ਅੱਛਾ ਅੱਛਾ, ਪੁੱਤਰ ਮਨੋਵਰ ਅਜ਼ੀਫ ਦਾ। ਅੱਛਾ ਅੱਛਾ, ਮੇਰੀ ਫਿਲਮ ਸਾਡੀ ਫਿਲਮ ਮੈਂ ਹੀ ਆਪਣਾ। ਅਤੇ ਲਿਆਦਾ ਉਹਨੇ ਹਾਲੇ ਉਹਨੇ ਬੜਾ ਅੱਛਾ ਕੰਮ ਕੀਤਾ ਉਹ ਬੱਚੇ ਨੇ, ਜਿੰਨੀ ਉਸ ਕਪੈਸਿਟੀ ਸੀ। ਅਤੇ ਮਗਰ ਲੋਕਾਂ ਨੇ ਉਹਨੂੰ ਮਨੋਵਰ ਅਜ਼ੀਫ ਸਮਝਿਆ। ਮਨੋਵਰ ਅਜ਼ੀਫ ਬਣਨ 'ਚ ਬੜਾ ਟਾਈਮ ਲੱਗਾ ਹੈਗਾ। ਅਕਮਲ ਦੇ ਬੇਟੇ ਨੂੰ ਸ਼ਬਾਜ਼ ਅਕਮਲ ਦੀ ਤਰ੍ਹਾਂ ਕੰਮ ਕਰੇਗਾ, ਉਹ ਨਹੀਂ ਪਿਆਰ ਉਤਰਿਆ ਮੇਰੀ ਫਿਲਮ ਚ ਪੁੱਤਰ ਮਨੋਵਰ ਅਜ਼ੀਫ ਦਾ।
ਆਪਣਾ ਉਹ ਜੀ ਆਪਣਾ ਲਿਆਂਦਾ ਸਾਰਾ ਮਿਹਨਤ ਕੀਤੀ ਸੀ ਮਾਂ ਦੇ ਨਾਲ ਲੈ ਕੇ ਆਉਂਦਾ ਮੈਂ ਅੱਛਾ ਮਗਰ ਲੋਕਾਂ ਨੇ ਮੁਨੱਵਰ ਦੇ ਮਿਆਰ 'ਤੇ ਉਹਨੂੰ ਦੇਖਿਆ ਮਗਰ ਉਹ ਮੁਨੱਵਰ ਨਹੀਂ ਬਣ ਸਕਿਆ ਕਿ ਮੁਨੱਵਰ ਬਣਨ 'ਚ ਬੜਾ ਟਾਈਮ ਲੱਗਾ ਬੜਾ ਮੈਂ ਹਾਲਾਂਕਿ ਇੱਕ ਹੋਰ ਫਿਲਮ 'ਚ ਵੀ ਬਣ ਲਿਆ ਸੀ ਤੁਹਾਨੂੰ ਆਪਣਾ ਇਹ ਖੋਟੇ ਸਿੱਕੇ ਘਰ ਦੇ ਮਾਹੌਲ ਜਿਹੜਾ ਸੀ ਉਹਦਾ ਉਹ ਆਪਣਾ ਫਿਲਮ ਵਾਲਾ ਨਹੀਂ ਸੀ ਅੱਛਾ ਮਾਹੌਲ ਗੱਲਾਂ ਉਹ ਉਹ ਮਜ਼ਾ ਉਹ ਚੀਜ਼ਾਂ ਘਰ 'ਚ ਨਹੀਂ ਸਰ ਉੱਥੇ ਛੱਡਾਂ ਦੇ ਉਹ ਉੱਥੇ ਛੱਡਿਆ ਸਟੂਡੀਓ ਆਇਆ ਸੀ ਉਹਦੇ ਚੜ੍ਹਦਾ ਘਰ ਆਇਆ ਕਰਦਾ ਮਾਹੌਲ ਦੂਸਰਾ ਅੱਛਾ ਲਾਈਫ ਸੀ ਜਿਹੜਾ ਉਹ ਅਸਰ ਨਹੀਂ ਪਾ ਸਕਿਆ ਬਿਲਕੁਲ ਸਹੀ ਮਤਲਬ ਇਹ ਹੈ ਕਿ ਨੰਨਾ ਇੱਕ ਹੀ ਸੀ ਔਰ ਹੋਰ ਕੋਈ ਮੈਂ ਸਮਝਦਾ ਕਿ ਆਪਣਾ ਇਹੋ ਜਿਹਾ ਖਾਨ ਭਾਈ ਇੱਕ ਵਰਸਟਾਈਲ ਆਰਟਿਸਟ ਜਿਹਨੂੰ ਬਾਈ ਬਰਥ ਗੋਡ ਗਿਫਟਡ ਟੈਲੈਂਟਸ ਉਹ 'ਚ ਔਰ ਬੜੀਆਂ ਖੂਬੀਆਂ ਦਾ ਮਾਲਿਕ ਫਿਰ ਬੜਾ ਹਮਦਰਦ ਰਹਿਮ ਦਿਲ ਔਰ ਫਿਰ ਅਹਿਸਾਸ ਕਰਨ ਵਾਲਾ ਜੇ 'ਚ ਉਹਨੂੰ ਆਪਣਾ ਅੱਲਾ ਨੇ ਉਹ 'ਚ ਬੜਾ ਜਿੰਨਾ ਅੱਛਾ ਫਨਕਾਰ ਸੀ ਉਨਾ ਹੀ ਆਪਣਾ ਇਨਸਾਨ ਵੀ ਉਹ 'ਚ ਕੁੱਟ ਕੁੱਟ ਕੇ ਉਹਨਾਂ ਰੱਬ ਨੇ ਉਹ ਜੋ ਖੂਬੀਆਂ ਭਰੀਆਂ ਹੋਈਆਂ ਸਨ ਇਨਸਾਨ ਦੀਆਂ ਅਤੇ ਸਰ ਉਹਨਾਂ ਨੇ ਮੇਰਾ ਪੈਸਾ ਕਮਾਇਆ ਇੰਨੀਆਂ ਫਿਲਮਾਂ ਕੀਤੀਆਂ ਕਿੱਥੇ ਗਿਆ ਉਹਨਾਂ ਦਾ ਸਾਰਾ ਪੈਸਾ ਨਹੀਂ ਪੈਸਾ ਉਹਨਾਂ ਦਾ ਹੈ ਮਾਸ਼ਾਅੱਲਾ ਹੈ ਸੀ ਬੱਚਿਆਂ ਕੋਲ ਨਹੀਂ ਸੁਣ ਲਓ ਨਾ ਉਹਨਾਂ ਪੈਸਾ ਜਿਹੜਾ ਸੀ ਉਹ ਮੈਂ ਮੇਰੇ ਖਿਆਲ ਵਾਈਫ ਨੂੰ ਆਪਣੇ ਆਪਣੇ ਮੈਂ ਜੋ ਸੁਣਿਆ ਸੀ ਸਾਲਿਆਂ ਦੇ ਕੋਲ ਆਪਣਾ ਪੈਸੇ ਆਪਣੇ ਜਮ੍ਹਾਂ ਕਰਾਉਂਦਾ ਸੀ ਉੱਥੇ ਅੱਛਾ ਸਾਰੇ ਆਪਣਾ ਅਤੇ ਉਹਨਾਂ ਦੀ ਫੈਮਿਲੀ 'ਚ ਹੀ ਰਿਹਾ ਪੈਸਾ ਫੈਮਿਲੀ 'ਚ ਰਿਹਾ ਬਸ ਕੁਛ ਮੈਨੇ ਇਹਨਾਂ ਨੇ ਲਿਆ ਵੀ ਜ਼ਬਰਦਸਤੀ ਜਿਹੜੇ ਉਸ ਪਾਸੇ ਲੱਗੇ ਨੇ ਖਿੱਚਾਤਾਨੀ ਵੀ ਖਿੱਚਾਤਾਨੀ ਵੀ ਹੋਈ ਹੈ ਮਗਰ ਚੁਕੇ ਉਹ ਆਪਣਾ ਇੱਕ ਘਰੇਲੂ ਮਾਮਲਾ ਸੀ ਅਤੇ ਮਤਲਬ ਇਹ ਨਹੀਂ ਕਿ ਆਪਣਾ ਘਰ ਸੀ ਆਪਣੀ ਕੋਠੀ ਸੀ ਆਪਣਾ ਜ਼ਿਲ੍ਹੇ ਜਾਤੀ ਜਿਹੜੀ ਜਿਹੜੀ ਖੁਦਕੁਸ਼ੀ ਕਹਿੰਦੇ ਨੇ ਜਿਹੜੀ ਕੀਤੀ ਹੈ ਉਹ ਆਪਣੇ ਆਪਣੇ ਕੋਠੀ 'ਚ ਕੀਤੀ ਸੀ ਨਾ ਆਪਣੇ ਘਰ ਨਵੀਂ ਘਰ ਜਿਹੜੀ ਵਾਧੂ ਰੋਡ 'ਤੇ ਕੋਠੀ ਜਿਹੜੀ ਬਣਾਈ ਸੀ ਇਲਾਮੇ ਇਕਬਾਲ ਟੋਨ ਨੇ ਬਣਾ ਠੀਕ ਹੈ ਹਾਂਜੀ ਉੱਥੇ ਉਹ ਉੱਥੇ ਆਪਣਾ ਉਹ ਖੁਦ ਵੀ ਉਸੇ ਘਰ 'ਚ ਹਾਂ ਅਤੇ ਮੈਂ ਸਮਝਦਾ ਕਿ ਨੂਨ ਜਿਹੜਾ ਨਾ ਜਿਹਨੂੰ ਲਫਦਾ ਲੋਕ ਨੰਨਾ ਕਹਿੰਦੇ ਨੇ ਮੈਂ ਉਹ ਨੂੰ ਕਹਿੰਦਾ ਮੈਂ ਸਮਝਦਾ ਕਿ ਉਹ ਨਾ ਪਾਕਿਸਤਾਨ ਫਿਲਮ ਇੰਡਸਟਰੀ ਨੂੰ ਪੁੱਛ ਸਕਦਾ ਨਾ ਪਬਲਿਕ ਨੂੰ ਪੁੱਛ ਸਕਦਾ ਬਿਲਕੁਲ ਠੀਕ ਔਰ ਹਮੇਸ਼ਾ ਯਾਦ ਰਹੇਗਾ ਉਹ ਜਿਸਮਾਨੀ ਤੌਰ 'ਤੇ ਗਿਆ ਆਪਣੇ ਫਨ ਦੇ ਲਿਹਾਜ਼ ਨਾਲ ਆਪਣੀ ਫਿਲਮਾਂ ਦੇ ਲਿਹਾਜ਼ ਨਾਲ ਉਹ ਹਾਲੇ ਵੀ ਸਾਡੇ 'ਚ ਮੌਜੂਦ ਹੈ ਔਰ ਜਾਏਗਾ ਆਪਣੇ ਫਨ ਦੇ ਹਵਾਲੇ ਨਾਲ ਜਾਏਗਾ ਜਦੋਂ ਵੀ ਉਹਦੀਆਂ ਫਿਲਮਾਂ ਲੱਗਣਗੀਆਂ ਉਹਦੀਆਂ ਯਾਦ ਤਾਜ਼ਾ ਹੋਣਗੀਆਂ ਔਰ ਸਾਡੇ ਤਕਰੀਬਨ ਉਹਨਾਂ ਨੇ ਕਿੰਨੀਆਂ ਕੁ ਫਿਲਮਾਂ 'ਚ ਕੰਮ ਕੀਤਾ ਹੋਇਆ ਮੇਰਾ ਖਿਆਲ ਹੈ ਉਹਨਾਂ ਨੇ ਤਕਰੀਬਨ ਆਪਣਾ ਮੁਨੱਵਰ ਜ਼ੀਫ ਨੰਨਾ ਔਰ ਰੰਗੀਲਾ ਮੁਨੱਵਰ ਜ਼ੀਫ ਸਾਹਿਬ ਦੇ ਜਿਹੜੇ ਸਨ ਸਾਡੇ ਇੱਕ ਹੋਰ ਕੰਪਨੀ ਸੁਣਦੇ ਸਾਡੇ ਸਰਪੰਚ ਸਾਹਿਬ ਦੀ ਫਿਲਮਾਂ 'ਚ ਬੜੇ ਆਉਂਦੇ ਸਨ ਅੱਛਾ ਆਸਫ ਜਾ ਹਾਂ ਆਸਫ ਜਾ ਨਜ਼ਰ ਹੀਰੋ ਵੀ ਕੀਤਾ ਇਹਨੇ ਓਲਡ ਵੀ ਕੀਤਾ ਇਹਨੇ ਕਾਮੇਡੀ ਵੀ ਕੀਤੀ ਇਹਨੇ ਬੜੇ ਮੁਖਤਲਿਫ ਰੋਲ ਕੀਤੇ ਨੇ ਇਸ ਬੰਦੇ ਨੇ ਹਰ ਸਾਜ ਚੱਲ ਜਾਣਾ ਬੰਦਾ ਸਿਰਫ ਕੰਪਲੈਕਸ ਉਹਨੂੰ ਸਿਮ ਟੋਪੀ ਦਾ ਔਰ ਉਹਦੀ ਖੂਬੀ ਸੀ ਅਤੇ ਲਿਹਾਜ਼ਾ ਸਾਡੀਆਂ ਉਹਦੀਆਂ ਯਾਦਾਂ ਅੱਛਾ ਲੱਗਾ ਤੁਹਾਡੇ ਨਾਲ ਇੰਨੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਮੇਰੀ ਉਹਨੂੰ ਯਾਦ ਕਰਵਾਤਾ ਸਾਨੂੰ ਅਸੀਂ ਯਾਦ ਕਰਨ ਲਈ ਅੱਜ ਇਕੱਠੇ ਹੋਏ ਔਰ ਉਹਨਾਂ ਦੀ ਅੱਜ ਬਰਸੀ ਹੈ ਇਸ ਹਵਾਲੇ ਨਾਲ ਹੀ ਅਸੀਂ ਅੱਜ ਪ੍ਰੋਗਰਾਮ ਸਾਂਝਾ ਕਰਨੇ ਪਏ ਹਾਂ ਆਪਣੇ ਨਾਜ਼ਰੀਨ ਦੇ ਨਾਲ ਕਿ ਫਿਲਮ ਇੰਡਸਟਰੀ ਦੇ ਬੜੇ ਹੀ ਮਾਰੂਫ ਔਰ ਸੁੱਚੇ ਹੀਰੋ
और अदाकार जनाब रफी खावर नन्ना साहब के नाँ तो जो मशहूर होए फिल्म ने उन्होंने ना दिता अज अस उन्होंने याद कर रहे हैं खान भाई देखो नन्ना नहीं रहा मुनफर सीफ नहीं रहा रंगीला नहीं रहा उस बाद अपना अलीजाद नहीं रहा और खलीफा नजीर नहीं रहा कॉमेडी वक्त खत्म हो गया दौर ही खत्म हो गया जड़ी किथे कॉमेडी जड़ी सी इना कोल सी ना वो बड़ी ओ आया हुन नहीं मिल सकदी हां एक दो है ने एक्टर जड़े मैंने वैसे मैंने कहा चले अगर उन्हें लेके पीछा जावे मतलब इफ्तिखार ठाकुर है हां जी वो टैलेंटेड है ठीक है और बाद वो अमानत चलने का वो देखो ना एक जुमले च वल्गैरिटी नहीं हां ये जनी जरा थोड़ी थी या सुहेल अहमद है मैं अमानुल्ला भी सारे हाँ जी हाँ जी शायद पता नहीं शर्तियाँ मिठे शर्तियाँ मिठे शर्तियाँ मिठे बिल्कुल ठीक है एग्जैक्टली तो ये कॉमेडी बस देखो ये ये बड़े अजीम लोग होंगे खान भाई बड़े अजीम लोग किसी को हसाना खुशियाँ वंडना खुशियाँ देना बड़ी बड़ी गल ये बड़ी बड़ी गल ये छोटी और कोई बंदा इन्ना चो अंदरों कितना दुखी होता है सब भी पता होता लेकिन वो लोगों को खुशियाँ वंड रहे बस वो यानी अगर अंदर गम भी है उन्हें आके उन्हें आसान आएगा ये ड्यूटी है क्या और अज अस इस हवाले न भी बहुत सू चंगा लगा FM 95 बड़ा माण है इस गल पर कि पाकिस्तान फिल्म इंडस्ट्री के बहुत ही मारूफ हदायतकार अलताफ साहब साढ़े नाल ने और अलताफ साहब दी फिल्म तो बहुत ज़्यादा फिल्म और रिकॉर्ड फिल्म साला साहब जी ਕਰੈਕਟਰ ਮੈਂ ਰਾਜਕੁਮਾਰ ਦੀ ਫਿਲਮ ਚ ਵੇਖਿਆ ਉਹਨਾਂ ਨੇ ਇੱਕ ਰੋਲ ਕ੍ਰੀਏਟ ਕੀਤਾ ਸੀ ਇਸ ਤਰ੍ਹਾਂ ਦਾ ਹੀ ਲੇਕਿਨ ਉਹ ਬਾਅਦ 'ਚ ਕੀਤਾ ਤੁਸੀਂ ਪਹਿਲੇ ਬਣਾਇਆ ਪਹਿਲੇ ਪਹਿਲੇ ਬਹੁਤ ਅੱਛਾ ਮੈਨੂੰ ਸਾਲਾ ਸਾਹਿਬ ਕੁਆਰਾ ਜੀਜਾ ਦੇ ਨਾਂ ਦੀ ਇੰਡੀਆ 'ਚ ਕਾਪੀ ਹੋਈ ਹੈ ਜੀ ਉਹਦੇ ਬਾਅਦ ਤੀਰਾਂ ਨਹੀਂ ਇਹ ਆਪਣਾ ਅਮੀਰੀ ਗਰੀਬੀ ਦੇ ਨਾਂ 'ਤੇ ਕਾਪੀ ਹੋਈ ਰੇਖਾ ਨੇ ਰੋਲ ਕੀਤਾ ਹੈ ਜਿਹੜਾ ਅੰਜਮਨ ਨੇ ਕੀਤਾ ਸੀ ਉੱਥੇ ਪ੍ਰਾਣ ਨੇ ਕੀਤਾ ਸੀ ਜਿਹੜਾ ਜੇ ਆਪਣਾ ਇਹ ਅਗਤ ਅਲੀ ਸਾਹਿਬ ਨੇ ਕੀਤਾ ਸੀ ਤੀਰਾਂ ਤੋਂ ਮਤਲਬ ਯੂਸਮਾ ਵਾਲਾ ਰੋਲ ਜਤਿੰਦਰ ਨੇ ਕੀਤਾ ਸੀ ਉੱਥੇ ਠੀਕ ਹੈ ਮੇਰੀ ਕਾਫੀ ਫਿਲਮਾਂ ਉਹਨਾਂ ਨੇ ਕਾਪੀ ਕੀਤੀ ਹੈ ਵੀ ਆਪਣਾ ਮਹਿੰਦੀ ਅਬ ਤੋ ਆਜਾ ਸਾਜਨ ਮੇਰੇ ਅੱਛਾ ਅੱਛਾ ਅਬ ਤੋ ਆਜਾ ਸਾਜਨ ਮੇਰੇ ਆਪਣਾ ਮਹਿੰਦੀ ਨੂੰ ਕਾਪੀ ਕੀਤਾ ਟੁੱਟੋ ਸੇਮ ਆਪਣਾ ਮੇਰੀ ਗਰੀਬੀ ਜਦੋਂ ਉਹਨੇ ਗਾਣਾ ਵੀ ਹੋ ਕੇ ਰੱਖਿਆ ਤੀਆਂ ਰਾਣੀਆਂ ਹਾਂ ਨਹੀਂ ਨਹੀਂ ਬਦਲ ਸਕੇ ਔਰ ਮੇਰੇ ਪੰਜਾਬੀ ਦੇ ਡਾਇਲੋਗ ਨੂੰ ਉਰਦੂ 'ਚ ਟਰਾਂਸਲੇਟ ਕੀਤਾ ਹੈ ਉਹਨੇ ਤੀਰਾਂ ਦੀ ਬਹੁਤ ਅੱਛਾ ਜੋ ਅੱਲਾ ਦੀ ਬੜੀ ਰਹਿਮਤ ਨਾਜ਼ਰੀਨ ਅਸੀਂ ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਕਿਉਂਕਿ ਸਾਡੇ ਨਾਲ ਅਲਤਾਫ ਹੁਸੈਨ ਸਾਹਿਬ ਅਸੀਂ ਇਹਨਾਂ ਦੇ ਵੀ ਬੜੇ ਮਮਨੂਨ ਹਾਂ ਬੜੀ ਬੜੀ ਖੁਸ਼ੀ ਹੋਈ ਮੈਨੂੰ ਮਾਂ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਸ਼ਾਅੱਲਾ ਫਿਲਮ ਸਟਾਰ ਨੰਨੇ ਦੀਆਂ ਯਾਦਾਂ ਜ਼ਿਆਦਾ ਸਾਂਝੀਆਂ ਕੀਤੀਆਂ ਨੇ ਜਿਉਂਦੇ ਵਾਸਤੇ ਰਹੋ ਇਨਸ਼ਾਅੱਲਾ ਫਿਰ ਮੇਲੇ ਹੋਣਗੇ ਉਸ ਵੇਲੇ ਤੱਕ ਇਜਾਜ਼ਤਾਂ ਰੱਬ ਰੱਖਾ ਅਤੇ ਅੱਲਾ ਬਿੱਲੀ